ਸਾਲਿਆ ਤੂੰ ਗਰੀਸ ਖਾਣਾ ਇਹ ਗਰੀਸ ਬੋਲਾ ਮੈਂ ਕਿਉਂ ਖਾਣਾ ਕਿਉਂ ਕਿ ਤੁਹਾਡੀ ਭੈਣ ਹੀਰ ਫਸ ਫਸ ਕੇ ਨਾ ਚੱਲੇ ਉਹ ਚਵਲ ਨੇ ਬੱਚਿਆ ਵੇਖ ਕੇ ਸਹੀ ਰਾਂਝਾ ਤਖਤ ਹਜ਼ਾਰੇ ਦਾ ਸੁਣ ਹੀਰੇ ਨਹੀਂ ਪੰਜਲੀ ਵਜਾਈ ਉਹ ਕਦੀ ਵੀ ਹੀਰ ਨਹੀਂ ਆਈ ਹਾਏ ਨਾ ਤੇਰੀ ਹਮਸ਼ੀਰ ਆਈ ਕੀ ਕਹਿ ਰਹੇ ਹੋ ਸਾਹਿਬ ਜੀ ਹਾਂ ਤਾ ਨਾਸ਼ਤਾ ਨਹੀਂ ਮੈਨੂੰ ਦਿੱਤਾ ਕਿਉਂ ਨਹੀਂ ਦੇ ਰਿਹਾ ਮੈਨੂੰ ਤੁਹਾਡਾ ਨਾਸ਼ਤਾ ਅੰਦਰ ਲਾਇਆ ਪਿਆ ਕਿੱਥੇ ਕੜਕੀ ਚ ਮੈਂ ਚੂਹੇ ਦਾ ਬੱਚਾ ਵਾਂ ਤੂੰ ਖੁੱਤ ਦਾ ਬੱਚਾ ਸੇਮ ਟੂ ਯੂ ਉਹ ਤੇ ਇਹ ਸੋਚਦਾ ਹੋਣਾ ਅੰਮੀ ਕਿਤੇ ਮਲਕਾ ਹੱਲ ਨਾ ਗਈ ਹੋਵੇ
ਕਰ ਦੇਣੀ। ਹਾਂ
ਤੇ ਇਹਦਾ ਬੰਦਾ ਕਿੱਥੇ? ਅੱਛਾ ਉਹ ਨਹੀਂ, ਨਾ ਪੁੱਛ ਇਹਨੂੰ ਕੀ ਕਰਦਾ ਏ। ਆ ਬੱਚੀ ਵੇਖੋ ਨਾ, ਪਹਿਲੇ ਉਹਦਾ ਰੰਗ ਸੜਿਆ ਪਿਆ। ਪਹਿਲਾ ਸੜਿਆ ਨਹੀਂ, ਉਹ ਪੁਰਾਣ ਹੋਇਆ। ਓਏ ਜੈਮਸ ਮਸੀਹ, ਤੂੰ ਬੰਦੇ ਦਾ ਪੁੱਤਰ ਬੰਦਨ ਮੈਂ ਕਹਿੰਦੇ ਆ। ਕੀ ਹੋਇਆ ਡੈਡੀ ਜਾਨ, ਕੀ ਹੋ ਗਿਆ? ਸ਼ੁਕਰ ਕਰੋ। ਇਹ ਕੀ ਕੀ ਕਰ ਰਿਹਾ? ਕੁਛ ਨਹੀਂ, ਤਨਖਾਹ ਚੋਂ ਕੱਟ ਲਿਆ ਜੀ। ਸਾਹਿਬ ਤੇਰੀ ਭੈਣ ਦਾ ਵਿਆਹ ਹੈ? ਤੈਨੂੰ ਜਲਦੀ ਤੂੰ ਵਿਚੋਂ ਉੱਠ ਕੇ ਤੁਰ ਪਿਆ। ਉਹ ਨਹੀਂ ਸਿੱਧੀ ਤੇਰਾ ਕਵੋ, ਇਹਦੀ ਮਾਂ ਤੂੰ ਨਹੀਂ, ਮੈਂ ਰੱਖਦੀ ਸੀ। ਤੈਨੂੰ ਮੇਰੇ ਨਾਲ ਬਹੁਤਾ ਪਤਾ। ਮੇਰੀ ਉਸਤਾਦ ਨਹੀਂ ਆ ਮੈਨੂੰ ਪਤਾ। ਉਸਤਾਦ ਨਹੀਂ, ਤੂੰ ਕਿੱਥੋਂ ਕਿੱਥੋਂ ਉਸਤਾਦ ਨਹੀਂ ਲੈਂਦਾ ਰਿਹਾ? ਮੈਂ ਨਾ ਹੁੰਦੇ। ਅੱਛਾ ਮੇਰੀ ਗੱਲ ਸੁਣ ਲਓ। ਕੀ ਬੋਲ ਰਿਹਾ ਬੇਵਕੂਫ? ਜ਼ਬਾਨ ਬੋਲਣ ਵਾਸਤੇ ਲੱਗੀ ਹੈ। ਮੇਰੀ ਗੱਲ ਸੁਣੋ। ਇਹਦੀ ਹਰਕਤਾਂ ਕੁਛ ਕੀ ਕਰਦਾ? ਕੀ ਹਰਕਤਾਂ ਕਰਨੇ? ਹਯਾ ਕਰਿਆ ਕਰ, ਹਯਾ ਕਰ, ਭੈਣ ਜਵਾਨ ਹੋ ਗਈ ਤੁਹਾਡੀ। ਤੇ ਗਾਹਕਾਂ ਨੂੰ ਦੱਸ ਸਾਨੂੰ ਕੀ ਫਾਇਦਾ? ਹੈਲੋ ਹੈਲੋ, ਅੰਨੀ ਦੇ
ਬਣੇਦਾ ਕੱਲ 500 ਰੁਪਈਆ ਨਹੀਂ 50 ਹੈ ਨਹੀਂ ਆਹੋ ਮੈਂ ਆਵਾਂ ਇਹ ਕਿਹਾ ਸਾਲੇ ਉਂਝ ਲੁਕੇ ਨਹੀਂ ਇਹਨਾਂ ਨੂੰ ਵੀ ਤਰੋਟਕ ਹੁੰਦੀ ਆ ਕੱਲ ਅੱਛਾ ਸਾਲੀਆਂ ਆਉਂਦੀਆਂ ਇੰਦੀ ਨਾ ਜਿਵੇਂ ਸ਼ੇਖ ਰਸ਼ੀਦ ਜਲਸੇ ਚ ਆ ਰਿਹਾ ਇੱਥੇ ਆ ਕੇ ਪਤਾ ਨਹੀਂ ਇਹਨਾਂ ਦੀ ਕੀ ਭੈਣ ਨਸਦੀ ਇਹ ਤੇ ਇੰਨਾ ਮਿਊਜ਼ਿਕ ਤੇ ਲੱਗੀਆਂ ਯਕੀਨ ਮੰਨੋ ਭਾਜੀ ਨਹਾਉਂਦੀਆਂ ਹੁਣ ਇਹਨਾਂ ਦਾ ਭਰਾ ਗਾਣਾ ਨਹੀਂ ਲਾਉਂਦਾ ਕਿਤੇ ਸਾਬਣ ਮਲਦੀਆਂ ਬਾਹਰ ਨਾ ਆਈਆਂ ਓਏ ਮੇਲੀ ਬਥੂ ਕੀ ਬੋਲਿਆ ਮੈਂ ਤੇਰੇ ਲਈ ਲੋਰੋਂ ਆਈਆਂ ਲੋਰੋਂ ਆਇਆ ਹਾਂਜੀ ਖੈਰ ਹੋਵੇ ਤੂੰ ਇਹਦਾ ਵਾਜਾ ਵਜਾ ਤੇਰਾ ਵਜਾਉਂਦਾ ਤੂੰ ਵੀ ਚੁੱਪ ਰਹੋ ਅਸੀਂ ਵਾਜਾ ਨਹੀਂ ਵਧਾਉਣਾ ਅਸੀਂ ਬਾਥਰ ਵਧਾਉਣੀ ਤੇ ਪੁੱਤਰ ਪਰਚਾ ਵੀ ਹੋਣਾ ਜੇ ਤਾਂ ਕਿੱਥੋਂ ਆਇਓ ਲੋਰੋਂ ਆ ਸਾਰੀ ਜ਼ਿੰਦਗੀ ਖੋਤਾ ਹੀ ਖਾਦਾ ਇਹ ਵੀ ਮਾਂ ਨੇ ਦਿੱਤੀ ਬੋਡੀ ਪੁੱਠ ਦੀ ਬਾਅਦ ਪਤਾ ਲੱਗਾ ਤੇ ਉੱਠਦੀ ਆ ਵੇਖ ਨਾ ਮੇਰੀ ਬਤੂਤ ਕਿੱਦੀ ਦਲੇਰੀ ਕਿੱਥੇ ਦਾਣੀ ਏ ਕਿੱਥੇ ਤੁਦਰਾਂ ਨੇ ਬੜੀ ਕਹਿੰਦਾ ਯਾ ਲਾ 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 ਤੇਰਾ ਲੱਜਦੇ ਐਸ ਦਲੀ ਦਾ ਤੱਤਰ ਤੂੰ ਹੋਰੀ ਦੀਪ ਦਾਣਾ ਤੈਨੂੰ ਪੁੱਛਣਾ ਕਿੱਥੋਂ ਆਈ ਏ ਮੈਂ ਤੁਦਰਾਂ ਆਈ ਆ ਮੈਂ ਤੁਦਰਾਂ ਆਈ ਆ ਮੈਂ ਤੁਦਰਾਂ ਆਈ ਆ ਤਿੰਨ ਇੱਥੇ ਹੀ ਮਰਵਾਈਆਂ ਸੂ ਤਿੰਨ ਇਹਦੀਆਂ ਮਰੀਆਂ ਤਿੰਨ ਉਹਦੀਆਂ ਮਰੀਆਂ ਕਿਹਦੀਆਂ ਵਜਾ ਪੂ ਤੁਸੀਂ ਥੱਲੇ ਸਮਝੇ ਹੋਵੋਗੇ ਇਹੋ ਜਿਹੀਆਂ ਕੁੜੀਆਂ ਚਿੰਗ ਚਿੰਗ ਪਾ ਕੇ ਰੋਲਾ ਪਾ ਦਿੰਦੀਆਂ ਮੈਂ ਰੋਕ ਲਵੇ ਮੇਰਾ ਘਰ ਪਿੱਛੇ ਰਹਿ ਗਿਆ ਰੋਕ ਤੂੰ ਬੈਠੀ ਅੰਬ ਲੈ ਮੈਂ ਕੋਲ ਲੈਣ ਨੂੰ ਵਿਆਹ ਕਰ ਮੇਰੇ ਨਾਲ ਮੈਂ ਨਹੀਂ ਕਰਾਉਣਾ ਦੇਣਾ ਵਿਆਹ ਤੂੰ ਜਿੱਦ ਕਰਾਉਣਾ ਮੈਂ ਕਿਸੇ ਵਕੀਲ ਨਾਲ ਕਰਾਉਣਾ ਵਕੀਲ ਨਾਲ ਵਿਆਹ ਨਾ ਕਰਾਈ ਕਿਉਂ ਉਹਨੇ ਸਵਾਦ ਰਾਤ ਨੂੰ ਤੇਰਾ ਧੁੰਦ ਦਿੱਤਣਾ ਅੱਛਾ ਉਹਨੇ ਦੇਣਾ ਦੋ ਤੋਂ ਉਹਦੀ ਥੱਤ ਤੋਂ ਉਹਦੀ ਤੂੰ ਥੱਤ ਕਹਿਣ ਅਗਲੇ ਤੈਨੂੰ ਤਲਾਕ ਦੇ ਦੇਣੀ ਹੋਰ ਕਿੱਥੋਂ ਰਿਸ਼ਤਾ ਆਈ ਸਿਆਲਕੋਟੋਂ ਚੰਗਾ ਕੀ ਤੇ ਨਹੀਂ ਕੀਤਾ ਨਹੀਂ ਤੇ ਭੁੱਖੀ ਮਰਨਾ ਸੀ ਕਿਉਂ ਕਹਿੰਦਾ ਸੀ ਰੋਟੀ ਮੰਗਾਉਣ ਨੇ ਕਈ ਜਣੇ ਖਿਦਾ ਦੀ ਕਿਸਮ ਬੰਦਾ ਘਲਾਇਆ ਦਾ ਹੋਰ ਇੱਕ ਫੁੱਲ ਲੈਣ ਨਹੀਂ ਘਲਾਇਆ ਦਾ ਭਰਾਵਾ ਜੂਗਾ ਜੇ ਕੋਈ ਸਿਆਲਕੋਟੀਆ ਬੈਠਾ ਮਾਰੇ ਨਾ ਮੈਨੂੰ ਮੈਂ ਹੁਣ ਜੱਜ ਨਾ ਕਰਾ ਲਾਂਗੀ ਫਿਰ ਉਹ ਜੱਜ ਨਾਲ ਵਿਆਹ ਨਾ ਚਲਾਈ ਕਿਉਂ ਉਹਨੇ ਸਵਾਦ ਰਾਤ ਦਾ ਦਿਨ ਰਾਤ ਧੁੰਦੀ ਦੁੱਤਣਾ ਉਹਨੇ ਤੇਰੀ ਸਦਲ ਵੇਚ ਦੇਣਾ ਉਦੋਂ ਉਦੋਂ ਬਾਤੀ ਤਮ ਅਦਲੀ ਪੇਥੀ ਤੇ ਹੋਰ ਕਿੱਥੇ ਕਰਾਉਣੀ ਮੈਂ ਫਿਰ ਕਿਸੇ ਗੁਜਰਾਂ ਵਾਲੇ ਨਾਲ ਕਰਾ ਲਾਂਗੀ ਇੱਥੇ ਇੱਥੇ ਵਿਆਹ ਨਾ ਕਰਾਈ ਕਿਉਂ ਉਹ ਇਹਦੇ ਖੁਸਰਾ ਘੇਰ ਲੈਣ ਉਹ ਦਾਨਾ ਵਕਤ ਕਹਿੰਦਾ ਉਹ ਮੈਂ ਭਾਈ ਜੀ ਉਹ ਮੈਨੂੰ ਛੱਡ ਦਿਓ ਹੈ ਉਹ ਮੈਂ ਭਾਈ ਜੀ ਉਹ ਮੈਂ ਭਾਈ ਜੀ ਉਹ ਮੈਨੂੰ ਛੱਡ ਦਿਓ ਹਾਂਜੀ ਭੈਣ ਦੀਆਂ ਵੀ ਇਹ ਕਢਾਉਂਦਾ ਹੈ ਤੇ ਤੇਰੀ ਘਰ ਆ ਕੇ ਦੱਸ ਦਿੰਦੀ
ਹੋਰ ਕਿੱਥੇ ਜਾਣੇ ਵਿਆਹ ਯਾਰ ਗੁਜਰਾਨ ਵਿੱਚ ਕੋਈ ਲੱਭ ਲਓ ਮੇਰੇ ਪਹਿਲਵਾਨਾਂ ਦਾ ਥੈਰ ਤਸਮੇ ਅੱਛਾ ਐਡਾ ਡਾ ਤੇ ਤੇਦੀ ਕਿਸੇ ਦਾ ਨਹੀਂ ਐ ਝੂਠ ਬੋਲੀ ਜਾ ਰਿਹਾ ਓਏ ਪਹਿਲਵਾਨ ਥਾ ਰਿਹਾ ਝੂਠ ਨਾ ਬੋਲ ਇੰਦਾ ਕਿੰਦ ਨਹੀਂ ਐ ਉਹ ਪਾੜ ਹੁੰਦਾ ਜੇ ਆ ਵੇਖੋ ਇਹ ਐਵੇਂ ਨਹੀਂ ਆਇਆ ਇਹ ਤੇ ਤੂੰ ਕਿਸੇ ਦੀ ਮਾਂ ਦਾ ਚੁੱਕੀ ਹੋਰ ਕਿੱਥੋਂ ਰਿਸ਼ਤਾ ਆਇਆ ਤੁਹਾਨੂੰ ਰਹੀਮ ਯਾਰ ਖਾਂ ਤੋਂ ਚੰਗਾ ਕੀਤਾ ਨਹੀਂ ਕੀਤਾ ਤੂੰ ਕੱਲੀ ਹੋ ਤਿੰਨ ਜਣੇ ਰਹੀਮ ਯਾਰ ਤੋਂ ਪਠਾਨ ਤੋਂ ਵਾ ਪਠਾਨ ਨੇ ਤੈਨੂੰ ਸੁਹਾਗਰਾ ਨੂੰ ਗਾਣਾ ਜੀਬ ਸੁਣਾਣਾ ਹੈ ਕਿਹੜਾ ਦਮਾ ਦਾ ਪੱਕਾ ਰੋੜਾ ਕਰ ਦਮਰ ਦਾ ਕਰ ਤਾਂ ਯਾਰੋ ਨਾ ਇੱਧਰ ਉੱਧਰ ਵੇ ਨਾ ਜਾਂਦੇ ਸਿੱਧਾ ਧਰਤੀ ਮਾਰੂ ਹੋਰ ਕਿੱਥੋਂ ਰਿਸ਼ਤਾ ਆਇਆ ਕਿਤੋਂ ਵੀ ਨਹੀਂ ਆਇਆ ਨਹੀਂ ਮੁਲਤਾਨੋਂ ਨਹੀਂ ਆਇਆ ਹਾਂ ਓਕੇ ਯਾਰ ਆਇਆ ਅੱਛਾ ਚੰਗਾ ਕੀਤਾ ਮੁਲਤਾਨ ਤੇਰਾ ਵਿਆਹ ਨਹੀਂ ਹੋਇਆ ਕਿਉਂ ਇਹਨੇ ਆਪਣੀ ਭੈਣ ਦਾ ਵਿਆਹ ਕੀਤਾ ਫਿਰ ਉਹ ਚਾਰ ਡਾਕੂ ਦੀ ਇੱਜ਼ਤ ਲੁੱਟ ਕੇ ਆ ਗਏ ਉੱਥੇ ਜੀ ਵਾਲੇ ਆ ਗਏ ਉਹ ਕਹਿੰਦੇ ਬੀਬੀ ਕੀ ਮਹਿਸੂਸ ਕਰਦੀ ਕਹਿੰਦੀ ਬਰਬਾਦ ਤੇ ਠੀਕ ਗਈ ਵਲਚਾ ਸਭਾਉ ਆਈ ਹੈ ਮੁਲਤਾਨ ਮੇਰਾ ਵਿਆਹ ਹੋਇਆ ਸੀ ਮੈਂ ਤਲਾਕ ਦੇ ਦਿੱਤੀ ਬੁੱਢੀ ਨੂੰ ਕਿਉਂ ਉਹ ਸੁਹਾਗ ਰਾਤ ਨੂੰ ਮੈਨੂੰ ਦਾਦੇ ਜੀਵ ਦਿੰਦੀ ਸੀ ਜੀ ਓ ਪੋਤਰਾ ਛੇਕ ਰੱਖ ਛੇਕ ਦੁਰ ਬਚ ਕੇ ਆ ਦੁਰ ਬਚ ਕੇ ਮੈਂ ਕਿਹਾ ਖਾਲਾ ਜੀ ਤਲਾਕ ਜੇ ਉਹ ਦੱਸ ਤੇਰਾ ਮੇਰਾ ਵਿਆਹ ਨਹੀਂ ਇਹਦੀ ਭੈਣ ਨਾ ਡਾਕੂ ਚੁੱਕ ਲਾ ਗਏ ਮੈਂ ਕਿਹਾ ਉਹ ਤੇਰੀ ਭੈਣ ਦੀ ਡਾਕੂ ਆਈ ਲੁੱਟ ਲਈ ਜਾਂਦਾ ਮੈਂ ਨਹੀਂ ਮੰਨਦਾ ਰੀਵਿਊ ਉਹ ਵਿਆਹ ਤੇਰਾ ਮੈਂ ਨਹੀਂ ਕਰਨਾ ਤੇਰਾ ਮੇਰਾ ਵਿਆਹ ਤੇ ਤੋਂ ਵਿਆਹ ਨਹੀਂ ਨਾ ਅੱਛਾ ਅਤੇ ਹਨੀਮੂਨ ਭੁਲਾ ਦਿੱਤੇ ਮਨਾਣੇ ਕਿੱਥੇ ਦੰਦਲ ਵਿੱਚ ਜੰਗਲ ਵਿੱਚ ਹਾਂ ਜੇ ਤੇ ਸ਼ੇਰ ਆ ਗਿਆ ਉਹ 5 ਸਾਲ ਨਹੀਂ ਆਉਂਦਾ ਫਿਰ ਵੀ ਆ ਗਿਆ ਫਿਰ ਉਹ ਮਨਾਇਆ ਦਾ ਮੈਂ ਵੇਥਾਂ ਦਾ ਆਹ ਬਾਕੀ ਸਾਰੇ ਜਾਨਵਰਾਂ ਦੀ ਆ ਸ਼ੇਰ ਦੀ ਨਹੀਂ ਸੀ ਤਾਂ ਮਾਰਕੀਟ ਚ ਅੱਛਾ ਯਾਰ ਮੈਂ ਚੱਲੀ ਆ ਤੂੰ ਚੱਲੀ ਏ ਕੁਝ ਸੋਚ ਲਿਆ ਹੁਣ ਬਸ ਓਏ ਮੈਨੂੰ ਦੇ ਦਿਓ ਮੈਂ ਠੀਕ ਕਰਾ ਲਾਂਗਾ ਓਏ ਚਲਾ ਓ ਇੰਨੀ ਦਿਓ ਤਨਹਾ ਚ ਕੱਟ ਲਿਆ ਜੇ ਕੀ ਤਨਹਾ ਤੂੰ ਕਿੰਨੇ ਕੋ ਤੇਰੇ ਕੱਟੀ ਜਾਈਏ ਚਵਲਾ ਬਦਤਮੀਜ਼ ਆਦਮੀ ਰੂੜੀ ਦਾ ਕੁੱਤਾ ਬੇਹੋਸ਼ ਪਿਆ ਤੇ ਨੱਕ ਫੜ ਕੇ ਖਲੋ ਗਿਆ ਕੁੱਤਾ ਉੱਠ ਕੇ ਬਹਿ ਗਿਆ ਆਂਦਾ ਸਾਲਿਆ ਤੇਰੀ ਬੋਲ ਨਾਲ ਤੇ ਮੈਂ ਬੇਹੋਸ਼ ਹੋ ਜਾ ਕਿਡੇ ਮੂੰਹ ਆ ਮੈਂ ਤਾਂ ਨੌਕਰੀ ਛੱਡ ਦੇਣੀ ਓ ਨਾ ਛੱਡੀ ਆ ਨੌਕਰੀ ਇੱਥੋਂ ਨਾ ਛੱਡੀ ਭਾਈ ਅਸਲਾਮ ਵਾਲੇਕਮ ਜਨਾਬ ਅਸਲਾਮ ਵਾਲੇਕਮ ਸਰ ਭਾਈ ਸਾਹਿਬ ਅਸਲਾਮ ਵਾਲੇਕਮ ਵਾਲੇਕਮ ਸਲਾਮ ਪਹਿਲੇ ਤਾਂ ਜ਼ਰਾ ਗੱਲ ਜਿਹੜੀ ਮਸੇਰਾ ਨਾਲ ਹੈ ਉਹ ਕਰ ਲਈਏ ਨਾ ਮੁੜ ਕੰਮ ਮੁੱਢੋਂ ਤੋਂ ਸ਼ੁਰੂ ਹੋਏ ਕਿ ਧੰਨ ਬਾਗ ਆਖਾਂ ਜੀ ਆਇਆਂ ਨੂੰ ਜਿਹੜੇ ਆਏ ਬੈਠੇ ਹੋ ਮਹਿਮਾਨ ਯਾਰੋ ਆਪਣਾ ਕੀਮਤੀ ਵੇੜਾ ਕੱਢ ਕੇ ਤੇ ਹੋ ਗਏ ਸਾਡੇ ਤੇ ਮਿਹਰਬਾਨ ਯਾਰੋ ਆਪੋ ਆਪਣਾ ਮੋਬਾਈਲ ਬੰਦ ਕਰਕੇ ਮੇਰੀ ਗੱਲ ਵੱਲ ਕਰਨਾ ਧਿਆਨ ਯਾਰੋ ਅਸੀਂ ਸਾਰੇ ਰਲ ਕੇ ਦੁਆ ਕਰੀਏ ਵੱਧ ਜਾਏ ਪਾਕਿਸਤਾਨ ਦੀ ਸ਼ਾਨ ਯਾਰੋ ਬੜੀ ਮਿਹਰਬਾਨੀ ਜਨਾਬ ਸ਼ੁਕਰੀਆ ਆਈ ਲਵ ਯੂ ਖੈਰ ਹੋਵੇ ਜੀ ਤੁਹਾਨੂੰ ਬਿਲਕੁਲ ਬੋਲਣ ਦਾ ਹੱਕ ਹੈ ਜੇ ਚਸ ਨਾ ਆਵੇ ਤੇ ਫਿਰ ਜ਼ਰੂਰ ਬੋਲਣਾ ਚਸ ਆਵੇ ਤੇ ਚੁੱਪ ਕਰਕੇ ਸੁਣਨਾ ਭਾਈ ਸਾਹਿਬ ਅਸਲਾਮ ਵਾਲੇਕਮ ਵਾਲੇਕਮ ਸਲਾਮ ਸਿਆਤਾ ਨਹੀਂ ਨਹੀਂ ਮੁੱਢੂ ਸਿਆਤਾ ਹੀ ਨਹੀਂ ਕੌਣ ਹੈ ਤੇ ਇੰਜ ਕਰਕੇ ਮੈਨੂੰ ਬਣੂਜਾ ਸਮਝ ਕੇ ਕੀਤਾ ਹੀ ਨਹੀਂ ਮੈਂ ਕਿਹਾ ਸ਼ਾਇਦ ਮੇਰੇ ਦੇਨ ਚ ਆਉਣ ਕੌਣ ਹੈ ਨਹੀਂ ਸਿਆਤਾ ਨਹੀਂ ਸਿਆਤਾ ਮੁੱਢੂ ਤੂੰ ਵੇਖ ਖਬਲਾ ਕਰੀ ਵਾਸ਼ ਲੈਣਾ ਪਤਾ ਸੋ ਮੁੱਢ ਕਿੱਥੋਂ ਸ਼ੁਰੂ ਹੁੰਦਾ ਹਿੱਟੂ ਵੇਂਦਾ ਹਿੱਟੂ ਆ ਤੇਰੇ ਕੰਮ ਦੀ ਸ਼ਾਇ ਮੇਰੇ ਕੋਲ ਇੰਜ ਦੀ ਹੈ ਤੇਰੇ ਡੇਲੇ ਬਾਹਰ ਆ ਜਾਣੇ ਕੌਣ ਹੈ ਤਾਰਫ ਤੇ ਕਰਾ ਆਪਣਾ ਸਾਲਿਆ ਹੈ ਕੌਣ ਆ ਤਾਰਫ ਕਰਾਵਾਂ ਤੈਨੂੰ ਕੌਣ ਹੈ ਚੌਧਰੀ ਕਾਲੂ ਸ਼ੇਖ ਜੱਟ ਮੇਰਾ ਸੀ ਕੌਮ ਰਾਈ ਹੈ ਕੌਣ ਨਹੀਂ ਸਮਝ ਆਈ ਨਹੀਂ ਸਮਝ ਤੈਨੂੰ ਆਉਣੀ ਵੀ ਨਹੀਂ ਅਲਜਬਰਾ ਔਖਾ ਹੁੰਦਾ ਉਹਦੇ ਮੁਤਾਬਕ ਤੈਨੂੰ ਦੱਸ ਰਿਹਾ ਕਿ ਚੌਧਰੀ ਕਾਲੂ ਸ਼ੇਖ ਜੱਟ ਮੇਰਾ ਸੀ ਕੌਮ ਰਾਈ ਇੰਨੀਆਂ ਕੌਮਾਂ ਮਾਂ ਦੀ ਮੰਜੀ ਚੌਂਕ ਚ ਸੀ ਬਈ ਕਿੱਡੀ ਸੋਹਣੀ ਗੱਲ ਕੀਤੀ ਆ ਬੜੀ ਰੇਤ ਵੀ ਆਉਂਦੀ ਮਾਂ ਦੀ ਬੋਕੀ ਪੱਟੀ ਹੋਈ ਆਈ ਜਦੋਂ ਤੈਨੂੰ ਡਾਕਟਰ ਮਿੱਠਾ ਮਨਾ ਕੀਤਾ ਕਿਉਂ ਖਾਣਾ ਹੈ ਉਹ ਕਾਲੇ ਲੂਣ ਮਰੇ ਤੂੰ ਤਾਰਕ ਯਾਰ ਕੌਣ ਹੈ ਮੈਨੂੰ ਤਾਰਕ ਕਰਾ ਉਹ ਭਾਈ ਮੈਂ ਇੱਕ ਗੁਲੂਕਾਰ ਆ ਕੌਣ ਹੈ ਉਹ ਗਾਣਾ ਸੁਣਾ ਯਾਰ ਟੈਨਸ਼ਨ ਨਾ ਦੇਤੀਆਂ ਤੇ ਟੈਨਸ਼ਨ ਤੇਰੀ ਦੂਰ ਕਰ ਦਿੰਨੇ ਗਾਣਾ ਸੁਣਾ ਯਾਰ ਕਮਲੀ ਨਾ ਲਾਖੀਆਂ ਆਹਾ ਕਮਲੀ ਨਾ ਲਾਖੀਆਂ ਆਹਾ
ਵੀ ਜੋਲੀ ਚ ਡਿੱਗਾ ਮਸੇਰ ਭਾਵੇਂ ਥੱਲੇ ਉਹ ਕਰਨ ਲੱਗ ਪਵੇ। ਤੂੰ
ਤੂੰ ਚਾਹੁੰਦਾ ਹੈ ਕਿ ਹਰ ਬੰਦਾ ਤੇਰੀ ਜੇਬ 'ਚ ਪੈਸੇ ਪਾਵੇ। ਆਹੋ ਯਾਰ, ਦੋਵੇਂ ਬਾਹਾਂ ਲਵਾ ਦੇ। ਗੱਲ ਤਾਂ ਸਹੀ ਹੈ ਦੀ। ਵੈਸੇ ਸਿਗਰਟ ਪੀ ਕੇ ਧੂੰਆਂ ਕੱਢ ਲੈਣਾ। ਤੂੰ ਭੈਣ ਦੇ ਕਮਰੇ ਦੇ ਬੰਦੇ ਕਿਉਂ ਨਹੀਂ ਕਰਦਾ? ਆਹਾ ਓਏ ਰੰਜਿਆ, ਓਏ ਰੰਜਿਆ। ਕੀ ਅੱਬਾ ਜੀ, ਹਾਲੇ ਇੱਥੇ ਹੀ ਆ ਤੂੰ? ਤੇ ਤੁਸੀਂ ਨਹੀਂ ਗਏ, ਮੈਂ ਕਿੱਥੇ ਜਾਣਾ ਹੈ? ਉਹ ਜਦੋਂ ਮੈਂ ਆਉਣਾ ਇਹੀ ਮੇਰੇ ਮੱਥੇ ਲੱਗਦਾ, ਦੂਜੇ ਨਹੀਂ ਮੱਥੇ ਲੱਗਦੇ। ਇਹ ਹਰਾਮ ਦਾ ਉਹ ਲਾਲ ਦੇ ਨੇ ਮੇਰੇ ਨਾਲ। ਮੈਂ ਕਹਿੰਦਾ ਤੂੰ ਮੁੜ ਜਾ ਬੰਦਿਆ ਪੁੱਤ ਬਣ ਜਾ। ਸਾਕੀ ਪਿਆ ਜੇ ਦੋਵੀਂ ਤੇਰਾ ਪਿਓ ਪੁੱਤਰ। ਕੋਈ ਇੱਥੇ ਹਰਕਤ ਨਹੀਂ ਕਰਨੀ। 8000 ਦੇ ਰਾਤੀ ਨਵੇਂ ਦੋ ਕੁੱਤੇ ਲਏ, 300 ਦੇ ਵੇਚਤੇ। ਵਜਾ ਸੋਫੇ ਤੇ ਬਹਿਣ ਲੱਗ ਪਏ ਹਨ। ਮੈਂ 5000 ਦਾ ਬਾਂਦਰ ਲਿਆ, ਮੁਫਤੀ ਦੇ ਦਿੱਤਾ। ਕਿਉਂ? ਤੇਰੀ ਭੈਣ ਨੂੰ ਛੇੜਦਾ ਸੀ। ਮੇਰੀ ਗੱਲ ਸੁਣ ਬਾਂਜਿਆ, ਇੱਥੇ ਤੇਰੀ ਭੈਣ ਦੇ ਰਿਸ਼ਤੇ ਵਾਸਤੇ ਆ ਰਹੇ ਨੇ। ਆਪਾਂ ਆਣ ਦੇ ਖੈਰ, ਭੈਣ ਕਿਹੜਾ ਕੱਲੀ, ਕੁਛ ਨਹੀਂ ਹੁੰਦਾ। ਜਦੋਂ ਧੀ ਵਿਆਹ ਲੋਗੇ ਤੇ ਮਗਰ ਖਲੋ ਕੇ ਕਰਿਆਗੇ। ਯੈਸ, ਨਿਕਲ ਗਈ। ਮੈਂ ਕਹਿੰਦਾ ਬੰਦੇ ਦਾ ਪੁੱਤਰ ਬਾਂਜਾ ਜਾਨੀ ਤੇ ਬਹੁਤੀਆਂ ਹਰਕਤਾਂ ਕਰਨ ਲੱਗ ਪਿਆ। ਲਓ ਜੀ, ਮੈਂ ਤੁਹਾਨੂੰ ਅੱਬਾ ਜੀ ਦੱਸ ਦਿੱਤਾ, ਚੀਜ਼ਾਂ ਜੀ ਜਦੋਂ ਵੀ ਆਣਗੇ ਨਾ, ਉਹਨਾਂ ਦਾ ਖਾਣ ਪੀਣ ਦਾ ਬੰਦੋਬਸਤ ਸਾਰਾ ਮੈਂ ਆਪਣੇ ਹੱਥੀ ਕਰਨਾ। ਅੱਬਾ ਜੀ, ਹਾਂ, ਮੈਂ ਵੀ ਵਿਆਹ ਕਰਾਉਣਾ ਹੈ। ਨਾ ਪੁੱਤ ਨੇ ਕਿੱਥੇ ਵਿਆਹ ਕਰਾਉਣਾ? ਮੈਂ ਆਪਣੀ ਦਾਦੀ ਨਾਲ ਕਰਾਉਣਾ ਹੈ। ਅੱਛਾ ਬੰਦਿਆ ਪੁੱਤਰਾ, ਉਹ ਮੇਰੀ ਮਾਂ ਹੀ। ਤੇ ਤੂੰ ਸਾਡੀ ਮਾਂ ਨਾਲ ਨਹੀਂ ਕੀਤਾ? ਆਪਣੀ ਨੂੰ ਬਚਾਈ ਜਾਂਦਾ, ਸਾਡੀ ਦੇ ਛੋਟੇ ਲਾਈ ਜਾਂਦਾ। ਮੈਂ ਕਹਿੰਦਾ ਮੁਰਚਾ, ਤੂੰ ਬੰਦੇ ਦਾ ਪੁੱਤਰ ਮੰਨ ਲੈ, ਤੂੰ ਮੇਰਾ ਤਾਂ ਭਰਾ ਨਹੀਂ ਆਪਣੀ। ਦਾਦੀ ਕੋ ਟੁਰ ਜਾ। ਦਾਦੀ ਕੋ ਟੁਰ ਜਾ। ਕਿੱਥੇ? ਹੀਰਾ ਮੰਡੀ। ਇਹਨਾਂ ਨੂੰ ਸਮਝ ਨਹੀਂ। ਪੈਸੇ ਰਹਿਣ ਦੇ ਭਰਾਵਾ, ਮੇਰੇ ਹੱਥ ਧਵਾ ਦੇ।
अच्छा एक गल का जवाब दे। हाँ जी। अगर पाकिस्तान का डैम बन गया हाँ फिर तो ना लेगा ना और सब खैर पूरा हाल छित्र ला के इन कुटेगा क्यों वो क्यों साले धोती ना जोगर कौन पाता कपड़े वेख साले ने इस तरह पाए जिस तरह मरंडा वाले कंजरा परफ्यूम लाया मैं बाहर का लाया इन काका थोड़ा जा अंदर भी ला अंदर ना लाई बड़ा साड़ पैदा जी इन्हें दो उंगलों ना लाया ही यार इस तरह ना पैक काका तेरी सिम निकल जानी यहाँ थोड़ा जा मेरे को जीजा जी मैंने अपनी बहन के साथ ही जाना है उर्दू नहीं बोलनी अल्लाह वेख रहे खब्बा शारा ही तोड़ता वो क्यों मैं खैर है कहना काका मैं जाना ही सजे हों नौकर सिर ते चढ़ा बैठा सिर ते वाल जड़े ने मोटरसाइकिल लई ते हेलमेट पाया भुल गया बेच ही थुकता इसलिए भैणा व्याहुण डे बेच थुक दे हो मेरी खिदमत आए ए सी ना दे रहे थोड़े जे कक्कर जिस तरह तुसी चाहुंदे की हो तू मर जा मरते तो गया सिगर लैन आया कबर मारी गई मैं क्या वेल नहीं कर लैके जाना काज तुसी वेल नहीं मैं वेल नहीं अपने मुंह से चंडा मारी गया तू वेल है हाँ जी वेल है जाए लाई ना फौत हो जाओ तू वेल है नहीं मैं तो डेल चला कार ना गल कर रहे एक चंगा भला मेरा नलायक उस्ताद है मैनू रोज मिथों ना पढ़ा अच्छा जीजा जी खाना पीना की है तुसी केदे हथों जा साले तेरे तो किने खाना चलो जे मैं खा भी लेना जी जी साबन लियाओ अच्छा जी पहले वो साबन धोवो ठीक है फिर हाथ धोवो ठीक है फिर वो पानी धोवो ठीक है फिर नाली धोवो जिस पानी जाना है फिर हल्का जहा पिछौरी कावा बन जाएगा दो कप पी के आया भाई भाई जी हाँ जी तुम सीधे हो जाओ अज किसी ने आना नहीं जो कोई आ गया आप ही करेगा मेहरबानी पुत्र पानी डुब के मरन लगा गिलास ही डुबे नक बाड़ हां बिच देखी डुबदा ए तुहाडा खलारा जी गोशे दे बोटी एडी कर दे जानवर मेरे या गंदा नाला है, चलो इतने तो बंदा तारी तूरी ला लेगा
ਇਹ ਗੰਦੇ ਨਾਲੇ ਦਾ ਰਿਸਕ ਕਿਉਂ ਲਏਗਾ? ਅੱਛਾ ਤੂੰ ਇੱਧਰ ਸਾਹ ਲਾਇਆ, ਇੱਧਰ ਨਾ ਮੱਛਰ ਮਰੇ। ਉਹ ਕਿਉਂ? ਅੱਛਾ ਇਹਦੇ ਮੂੰਹ ਦੇ ਨਾ ਮੱਛਰ ਬੜੇ ਸ਼ੌਕ ਨਾਲ ਪੈਂਦਾ। ਉਹ ਕਿਉਂ ਜੀ? ਉਹ ਇਹਨੂੰ ਗੋਹਾ ਸਮਝਦੇ। ਜਾ ਤੁਰ ਜਾ ਇੱਥੋਂ, ਜਾ ਤੁਰ ਜਾ, ਮਗਰੋਂ ਲੈ ਜਾ ਰਿਸ਼ਤਾ ਹੋ ਰਹਿੰਦੇ। ਬੈਠੋ ਬਹਿਣਾ, ਬੈਠੋ ਇੱਧਰ। ਕਿੱਧਰ? ਜੀਜਾ ਜੀ ਦੇ ਸਾਥ ਬੈਠੋ। ਓਏ ਉਹਨੂੰ ਨਾ ਉਧਰ ਵਾਹ, ਇਧਰੋਂ ਜੀਜਾ ਚੁੱਕਿਆ ਜਾਣਾ। ਤੁਹਾਡੀ ਭੈਣ ਦੀ ਆਖਰ ਦਾ ਨਹੀਂ ਪਤਾ ਕੀ ਹੋਣ ਵਾਲਾ। ਬਹਿਣਾ ਬੈਠੋ, ਮੇਰਾ ਦਿਲ ਕਰ ਰਿਹਾ ਤੂੰ ਮੇਰੀ ਬੇਇੱਜ਼ਤੀ ਕਰਵਾ ਲੈ। ਬਹਿਣਾ ਇਹ ਤੁਹਾਡਾ ਨਵਾਂ ਠੁਕਣਾ ਇਧਰ ਜੇ। ਇਹਨੂੰ ਕਿਵੇਂ ਪਤਾ ਜੀ? ਇਹਨਾਂ ਦੀਆਂ ਪੰਜ ਛੇ ਠੋਕ ਕੇ ਆਇਆ। ਅੱਛਾ ਤੇ ਬੇਟਾ ਜੀ, ਗੱਲਾਂ ਬਾਤਾਂ ਤਾਂ ਹੁੰਦੀਆਂ ਰਹਿਣਗੀਆਂ। ਇਹ ਕੁੜੀ ਨੂੰ ਜ਼ਰਾ ਸਮਾਰਟ ਕਰ ਦਿਓ। ਕਿਵੇਂ ਜੀ? ਕਿਉਂਕਿ ਸਾਡਾ ਪਿੰਡ ਕਾਫੀ ਵੱਡਾ ਹੈ, ਇਹਨੂੰ ਸਮਾਰਟ ਕਰੋ। ਕਿੰਜ ਇਹ ਰੋ ਵਾਲਾ ਵੀ ਤੂੰ ਕਿਹੜੇ ਮੂੰਹ ਨਾਲ ਪੁੱਛਣਾ ਕਿੰਜ ਤੇਰਾ ਤਲਕ ਹੈ? ਮੇਰੀ ਭੈਣ ਹੈ, ਉਹਨੂੰ ਤਕਲੀਫ ਹੋਣੀ ਹੈ, ਉਹਨੇ ਜਾਣਾ ਹੈ। ਫਿਰ ਇਹਨੂੰ ਰਹਿਣ ਦੇ, ਤੂੰ ਹੀ ਲੱਗ ਗਿਆ। ਇਹਨੂੰ ਨਾ ਵੇਲਣੇ ਵਾਲੇ ਰੋ ਚ ਦਿਓ। ਅੱਛਾ ਇੱਕ ਵਾਰੀ ਫਸਾਦਾ ਦਿਓ, ਦੂਜੀ ਦਫਾ ਮਰੋੜ ਕੇ ਨਹੀਂ ਦਿੰਦਾ ਉਹ, ਉਦੋਂ ਵੀ ਨਾ ਹੋਈ। ਫਿਰ ਦੋ ਤਿੰਨ ਨਿੰਬੂ ਰੱਖੋ ਤੇ ਨਾਲ ਅਦਰਕ ਦੀ ਇੱਕ ਲੜੀ ਰੱਖ। ਅਦਰਕ? ਅਦਰਕ ਕਾਹਦੇ ਵਾਸਤੇ ਰੱਖਣਾ ਜੀ? ਬੱਚੀ ਤੁਹਾਡੀ ਵਾਹ ਵਾਹੀ ਹੈ, ਇਹਨੂੰ ਸਹੀ ਵੱਲ ਨਾ ਛੱਡ ਆਈ। ਬੱਚੀ ਹੈ ਮੇਰੀ ਤੇ ਬੈੜੀ ਹੈ ਇਹ ਬੱਚੀ ਪੁੱਛੀ। ਪਪਾ ਜੀ ਵੇਖੋ ਇਸ ਤਰ੍ਹਾਂ ਭੈਣਾਂ ਦੀਆਂ ਤਰੀਫਾਂ ਕਿਸ ਤਰ੍ਹਾਂ ਕਰਨ ਦੇ ਆ, ਤੇ ਚਿਹਰੇ ਤੇ ਨੂਰ ਵੀ ਤਾਂ ਵੇਖੋ ਨਾ ਕਿਹੜਾ ਕੋਸੋਂ ਨੂਰ ਆ। ਚਲੋ ਬੇਟਾ ਜੀ, ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਹਾਂ ਜੀ, ਇਹ ਤੇ ਚੌਲਾਂ ਵੱਜਦੀਆਂ ਰਹਿਣੀਆਂ। ਇਹ ਦੱਸੋ ਕਿ ਤੁਹਾਡੇ ਕੋਲ ਸਮਾਨ ਵੀ ਹੈ ਕਿ ਨਹੀਂ? ਸਮਾਨ ਹੈ। ਕਿੱਥੇ? ਇਕੱਠਾ ਕੀਤਾ। ਇਕੱਠਾ ਕੀਤਾ ਨਾਲ ਦੋ ਟਰੰਕ ਵੀ ਬੰਨੇ। ਇਹਦਾ ਵਿਆਹ? ਹਾਂ ਜੀ। ਇਹ ਮੇਰੀ ਬੱਚੀ। ਇਹਦੇ ਲਈ ਫਿਰ ਦੋ ਤਿੰਨ ਤੰਬੂ ਮੰਗਾ ਲਓ ਸੂਲ ਲਈ। ਜ਼ਰਾ ਮੈਡਮ ਘੁੰਮਣਾ, ਇਹਦਾ ਸੈਂਟਰ ਐਕਸਲ ਆਊਟ ਆ ਜੀ। ਮੈਂ ਚੈੱਕ ਕੀਤਾ, ਆਪ ਕੀਤਾ, ਆਪ ਕੀਤਾ ਨਾ, ਮਿਸਤਰੀ ਵੀ ਬੈਠਾ। ਤੇਰੀ ਕੋ ਪਾਕਿਸਤਾਨ ਚ ਦਾਈ ਵਾਕਫ ਹੈ, ਇਸ ਬੱਚੇ ਦੀ ਕਿਸੇ ਤਰੀਕੇ ਨਾਲ ਵਾਪਸੀ ਹੋ ਸਕਦੀ? ਤੇਰਾ ਦੁਨੀਆ ਦਾ ਕੋਈ ਕੰਮ ਨਹੀਂ। ਆ ਗੋਰਮੇ ਦੀ ਬੈਕਰੀ ਨੀ? ਹਾਂਜੀ ਹਾਂਜੀ। ਉਹਦੇ ਬਾਹਰ ਖਲੋ ਕੇ ਕਹਿੰਦਾ ਭਾਈ ਨੇ ਇਹਨਾਂ ਦੀ ਮਠਿਆਈ ਮੈਂ ਬਣਾਉਣਾ। ਉਹ ਕਹਿੰਦੇ ਫਿਰ ਅੰਦਰ ਹੀ ਰੱਖੋ, ਵੇਖੀ ਸਾਰੀ। ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਨੀ? ਹਾਂਜੀ। ਆ ਉਹਦੀਆਂ ਤਾਰਾਂ ਲਾ ਕੇ ਵੇਚਣ ਡਿਆ, ਉਹਨੇ ਫੜ ਲਿਆ। ਉਹਨਾਂ ਕਿਹਾ ਖੈਰ ਆ। ਕਹਿੰਦਾ ਮੈਂ ਸਮਝਿਆ ਜੀ ਸੁਲਾ ਹੋ ਗਈ ਆ, ਸੁਲਾ ਸਾਲਿਆ। ਅਸੀਂ ਸ਼ੁਕਰ ਕਰੋ ਉਹਨਾਂ ਦਾ, ਅਭੀ ਆਨੰਦ ਛੱਡਤਾ ਸੀ। ਅਸੀਂ ਪਾਕਿਸਤਾਨੀ ਆ, ਅੱਛੇ ਦਿਲ ਵਾਲੇ ਆ, ਮਾਫ਼ ਕਰ ਦੇਣ ਵਾਲੇ ਆਇਆ। ਜਿੰਨੀਆਂ ਤੁਸੀਂ ਬਾਰੇ ਗੱਲਾਂ ਕੀਤੀਆਂ ਮੈਨੂੰ ਇਹ ਵੀ ਅਭਿਨੰਦਨ ਹੀ ਲੱਗਣ ਲੱਗ ਪਏ। ਮੈਨੂੰ ਇਹ ਬਗੈਰ ਦਾ ਬੱਚਾ ਲੱਗਣ ਡਿਆ। ਮੇਰਾ ਪੁੱਤਰ ਆਇਆ। ਤੁਹਾਡਾ ਕਹਦਾ ਕਿਸੇ ਖੋਤੇ ਦਾ ਬੱਚਾ ਹੀ ਹੋਇਆ ਨਾ। ਚਾਚਾ ਜੀ ਬੈਠੋ। ਪੜ੍ਹ ਲਿਖ ਕੇ ਉਸ ਤੁਹਾਡੀ ਬੱਚੀ ਨੂੰ ਇੱਕ ਗੱਲ ਸੁਣਾਵਾਂ, ਤੁਹਾਡਾ ਉਹ ਸਰਦੀਆਂ ਦਾ ਵਾਕਿਆ। ਹਾਂਜੀ ਸੁਣਾਓ। ਦੱਸੋ ਜੀ। ਨਾ ਸੁਣਾਈ ਬੱਚੇ ਦਾ ਜਵਾਬ। ਅੱਜ ਚਾਦਰ ਲੈ ਕੇ ਇਸ ਤਰ੍ਹਾਂ ਵੱਡਾ ਤੁੱਸਾ ਹਾਂ ਤੇ ਗੁਜਰਾਂਲੇ ਲਾਹੌਰ ਜਾ ਰਹੇ ਨੇ ਪੈਦਲ। ਅੱਛਾ ਤੇ ਰਾਹ 'ਚ ਠੰਡ ਲੱਗੀ, ਚਾਦਰ ਬਦਲੀ ਹੈ ਤੇ ਮੂੰਹ ਇੱਧਰ ਨੂੰ ਹੋ ਗਿਆ, ਫਿਰ ਗੁਜਰਾਂਲੇ ਆ ਗਿਆ। ਅੱਛਾ ਤੇ ਬੇਟਾ ਜੀ, ਸਾਡੀ ਬੱਚੀ ਨੂੰ ਤੁਸੀਂ ਰੱਖੋ ਕਿੱਥੇ? ਉਸਤਾਦ ਜੀ ਆਪਣਾ ਉਹ ਵਾਕਿਆ ਵੀ ਸੁਣਾਓ। ਕਿਹੜਾ? ਉਹ ਜਦੋਂ ਤੁਸੀਂ ਕੀ ਠੀਕ ਕੀਤੀ, ਤੁਹਾਡੇ ਅੰਦਰ ਗੁਲਾਬ ਦੀ ਟਹਿਣੀ ਟੁੱਟ ਗਈ। ਵਾਕਿਆ ਨੀ ਇਹ, ਤੇ ਉਹਨੇ ਮੇਰੇ ਕੰਨ 'ਚ ਦੱਸਤਾ ਸੀ। ਇਹ ਬੜਾ ਬਹਾਦਰ ਜੇ। ਅੱਛਾ ਜੀ, ਆ ਇਹਨਾਂ ਦੇ ਘਰੋਂ ਜਾ ਕੇ ਪੁੱਛੋ। ਮੈਂ ਵੜ ਜਾ, ਮੈਂ ਤੇ ਤਰੇ ਤਰੇ ਦਿਨ ਨਹੀਂ ਨਿਕਲਦਾ। ਖੂਹ 'ਚ ਬੱਚਾ ਡਿੱਗਾ ਤੇ ਕੱਢ ਲਿਆ, ਲੋਕਾਂ ਨੇ ਕਿਹਾ ਬੜਾ ਬਹਾਦਰ ਆਂਦਾ ਬੱਚਾ, ਫੜੋ ਮੈਨੂੰ ਧੱਕਾ ਕਿਹਨੇ ਦਿੱਤਾ ਸੀ। ਔਰ ਵੇਖੋ ਅੱਗੋ ਬਗੈਰ ਚੁੱਪ ਆ। ਮੇਰਾ ਜੀਜਾ ਜਹਾਜ਼ 'ਚ ਬੈਠਾ, ਉਹਨੂੰ ਕਹਿੰਦਾ ਭਾਈ ਜਹਾਜ਼ ਬਾਹਰ ਜਾ ਰਿਹਾ, ਭਾਈ ਕਹਿੰਦਾ ਜਿਹੜੇ ਜਹਾਜ਼ 'ਤੇ ਤੂੰ ਬੈਠਾ ਇਹ ਅੰਦਰ ਜਾ ਰਿਹਾ। ਇਹ ਵੀ ਰਕਸ਼ੇ ਵਾਲੇ ਨੂੰ ਕਹਿੰਦਾ ਭਾਜੀ ਜਾਣਾ, ਕਹਿੰਦਾ ਵੇਚੋ ਵੇ ਕੀ ਜਾਂਦਾ ਕਿਸ ਤਰ੍ਹਾਂ। ਬਾਹਰ ਕੁੜੀ ਬੋਕਰ ਵੀ ਫੇਰੇ ਤੇ ਉਹਨੂੰ ਛੇੜਿਆ ਹੋਊ। ਕੁੜੀ ਕਹਿੰਦੀ ਮੈਂ ਤੈਨੂੰ ਬੋਕਰ ਦਬਾ ਕੇ ਲਾਹੌਰ ਛੱਡਣਾ, ਅੱਗੋ ਸ਼ਰਮਿੰਦਾ ਨਹੀਂ ਹੋਇਆ ਉਹਨੂੰ? ਕਹਿੰਦੀ ਇਹ ਦੋ ਤਿੰਨ ਤੀਲੇ ਕੱਢ ਲਈ, ਮੈਂ ਛਦਰੇ ਉਤਰਨਾ। ਕਾਕਾ ਤੇਰੀ ਗੱਲ ਅੱਛੀ ਹੈ, 20 ਰੁਪਏ ਬਣਦੇ ਨਗਦ, ਤੋ ਮੈਂ ਦੇਣੇ ਨਹੀਂ ਦੇਣੇ। ਅੱਛਾ ਤੇ ਬੇਟਾ ਜੀ, ਇਹਨੇ ਨਵੀਂ ਸਿਟੀ ਗੱਡੀ ਲਈ, ਇਹਨੇ ਅਗਲੀਆਂ ਲਾਈਟਾਂ ਹੀ ਤੋੜਤੀਆਂ। ਮੈਂ ਕਿਹਾ ਖੈਰ ਆ। ਕਹਿੰਦਾ ਮੈਂ ਦਿਨੇ ਚਲਾਉਣੀ ਆ, ਰਾਤ ਨੂੰ ਕੱਢਣੀ ਨਹੀਂ।
ਇਸ ਬੱਚੀ ਨਾਲ ਸਵਾਲ ਕਰ ਦੇ ਬਹਿਣਾ ਬੈਠੋ ਨਾ ਕਰੀਬ ਉਹ ਪਰੇ ਮਰ ਜਾ ਓਏ ਉਹ ਮੈਂ ਬੰਦਿਆਂ 'ਚ ਬਹਿਣ ਵਾਲਾ ਭਾਈ ਆ ਮੈਨੂੰ ਕਿਹੜੇ ਪਾਸੇ ਦਾ ਆਉਂਦੇ ਆ ਆਪਣੇ ਤੁਰੇ ਵੀ ਜਾਂਦੇ ਹੁਣ ਲੱਗਣ ਲੱਗਦਾ ਪੰਜ ਛੇ ਜਣੇ ਜਾਣ ਡੇ ਸ਼ਹਿਜ਼ਾਦੇ ਆਪਾਂ ਆਟੇ ਆਟੇ ਨਹੀਂ ਪਹਿਲੇ ਆਂਡੇ ਵੇਚਦਾ ਸੀ ਤੇਰੇ ਦੀਆਂ ਭੈਣਾਂ ਵੇਚਣ ਲੱਗ ਪਿਆ ਮੈਂ ਤਾਂ ਸਸਤੀਆਂ ਪੈਂਦੀਆਂ ਅੱਛਾ ਜੀ ਹੁਕਮ ਕਰੋ ਇਹ ਪੁੱਛ ਲਿਆ ਮੈਂ ਕਿ ਮੇਰੀ ਬੇਟੀ ਦਾ ਤੁਹਾਡਾ ਸ਼ਾਦੀ ਹੋ ਜਾਂਦੀ ਜੀ 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 ਤੇ ਇਹਨੂੰ ਰੱਖੋਗੇ ਕਿੱਥੇ ਮੈਂ ਇਹਨੂੰ ਤੁੰਨ ਕੇ ਰੱਖਾਂਗਾ ਓਏ ਘਰੋਂ ਬਾਹਰ ਨਹੀਂ ਨਿਕਲਣ ਦਿਆਂਗਾ ਬੰਦੇ ਘਰ ਆਉਣਗੇ ਬੰਦੇ ਘਰ ਕੀ ਵਿਆਹ ਕਰਨਾ ਕਿ ਬੰਦੋਬਸਤ ਕਰਨਾ ਮੈਂ ਜੀ ਆਪਣਾ ਰੱਖੋ ਕਿੱਥੇ ਮੈਂ ਦੋਵਾਂ ਜਗ੍ਹਾ ਤੇ ਰੱਖਾਂਗਾ ਛੱਡੋ ਇਹ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਜ਼ੇਵਰ ਚ ਕੀ ਪਾਓਗੇ ਮੈਂ ਚਾਚਾ ਜੀ ਸਿੱਧੀ ਗੱਲ ਕਰਾਂਗਾ ਕੀ ਪੂਰਾ ਸੈੱਟ ਪਾਵਾਂਗਾ ਉਹ ਕਿਸ ਤਰ੍ਹਾਂ ਜੀ ਚਾਚਾ ਜੀ ਪਹਿਲੇ ਉਹਨੂੰ ਸੈੱਟ ਕਰਾਂਗੇ ਫੜ ਫੁੜ ਕੇ ਤੇ ਜਦੋਂ ਸੈੱਟ ਹੋ ਜਾਏਗਾ ਉਦੋਂ ਪਾ ਦਿਆਂਗੇ ਉਹਦੇ ਜਾਣਗੀਆਂ 6 ਚੂੜੀਆਂ ਅੱਛਾ 6 ਚੂੜੀਆਂ ਇੱਧਰ ਦੋਨਾਂ ਸਾਈਡਾਂ ਤੇ ਜੀ ਜੀ ਇੱਕ ਗਾਨੀ ਨਾਲ ਮੇਰੀ ਨਾਨੀ ਤੇ ਦੋ ਟੱਪਸ ਹੋਣਗੇ 2.5-3 ਤੋਲੇ ਦੇ ਇਹ ਛੋਟਾ ਹੈ ਭਾਅ ਜੀ ਛੋਟੇ ਨੇ ਉਹਨੂੰ ਦੱਸੋ ਨਾ ਸਰਦੀਆਂ 'ਚ ਵਾਧਾ ਘਾਟਾ ਹੋਣਾ ਤੇਰਾ ਬੋਲਣਾ ਜ਼ਰੂਰੀ ਸੀ ਉਹ ਉਹਨੂੰ ਦੱਸਣ ਦੇ ਫਿਰ ਪੁੱਛਣਾ ਨਹੀਂ ਕਿ ਪਾਉਣਾ ਨੇ ਹਾਂ ਤਾਂ ਦੋ ਸੈੱਟ ਪਾਉਣਾ ਇੱਕ ਫਿਰ ਮੇਰੇ ਅੱਬੇ ਦਾ ਪਿਆ ਉਹ ਪਾ ਲਈਏ ਮੈਂ ਕਹਿੰਦਾ ਉਹ ਇਹਦੀ ਮਾਂ ਨੂੰ ਪਾ ਦਿਓ ਉਹ ਉਹਨੇ ਪਵਾ ਲੈਣਾ ਉਹਨੂੰ ਜ਼ੰਗ ਲਗਾ ਉਹ ਭਾਈ ਜਾਨ ਸਾਡੀ ਲਾਡਾਂ ਦੀ ਭੈਣ ਸਾਨੂੰ ਜ਼ਰਾ ਸੈੱਟ ਵੱਡਾ ਚਾਹੀਦਾ ਹੈ ਓਏ ਇੱਕ ਮਿੰਟ ਉਹ ਵੱਡਾ ਸੈੱਟ ਚਾਹੀਦਾ ਤੁਹਾਡੀ ਭੈਣ ਨੂੰ ਪੁੱਛ ਲੈਣਾ ਤੈਨੂੰ ਤਾਂ ਕੋਈ ਛੋਟਾ ਤੈਨੂੰ ਛੱਲਾ ਵੀ ਨਹੀਂ ਪਵਾ ਸਿੱਧਾ ਦੇ ਸਕਦਾ ਸੈੱਟ ਛੋਟਾ ਤੁਸੀਂ ਦੱਸੋ ਜੀ ਸੈੱਟ ਥੋੜਾ ਜਿਹਾ ਵੱਡਾ ਕਰ ਲਓ ਐ ਵੀ 2 ਇੰਚ ਯਾਦਗਾਰ ਫੜ ਲਿਆ ਉਹ ਇੱਕ ਮਿੰਟ ਠਹਿਰ ਜਾ ਇਹਨੂੰ ਬੜਾ ਪਤਾ ਉੱਤੇ ਬਹਿ ਕੇ ਮਜ਼ਾ ਲਿਆ ਮੈਂ ਨਾਲ ਸਾਂ ਮੈਂ ਥੱਲੇ ਸਾਂ ਫਿਰ ਉੱਤੇ ਹੋ ਗਿਆ ਤੇਰੇ ਚਲੋ ਕੋਨੇ ਪਾ ਤੂੰ ਰੇੜੀ ਅੱਗੇ ਲੈ ਜਾ ਆਂਡੇ ਨਹੀਂ ਵਿਕਣੇ ਆਂਡੇ ਨਹੀਂ ਵੇਚਦੇ ਅੱਛਾ ਜੀ ਮਿਹਰਬਾਨੀ ਬੜੀ ਦੇਰ ਬਾਅਦ ਬੋਲਿਆ ਰੋਟੀ ਹੁਣ ਮਿਲੀ ਆ ਜਾਂ ਪਿਛਲੇ ਨੇ ਤੇਲ ਲਾਇਆ ਹੁਣ ਉਹ ਕੁੜੀ ਮੇਰੀ ਐਸਾ ਇੱਕ ਛੋਟਾ ਥੋੜਾ ਜਿਹਾ ਵੱਡਾ ਕਰ ਲਓ ਵੱਡਾ ਕਰ ਦਈਏ ਹਾਂ ਚਾਚਾ ਜੀ ਫਿਰ ਇਹਨੂੰ ਘਮੇਰਾਂ ਦੇ ਘਰ ਵਿਆਹੋ ਸੈੱਟ ਜਿੱਦਾਂ ਮਰਜ਼ੀ ਵੱਡਾ ਕਰ ਲਓ ਆ ਨਾਲ ਉਹੂ ਨਾ ਕਰੇ ਫਰਮੈਸ਼ਾਂ ਛੋਟੀਆਂ ਕਰ ਆਓ ਬੇਟਾ ਹੀ ਤੁਹਾਡਾ ਆਓ ਤੁਹਾਨੂੰ ਖਾਣਾ ਖਵਾਈਏ ਅੱਜ ਤੂੰ ਖਾਣੇ ਦਾ ਨਾਮ ਨਾ ਲੈ ਮੈਂ ਛੇਤਰ ਲਾ ਲੈਣਾ ਸਰ ਤੁਹਾਡੇ ਨੇ ਬਣਾਇਆ ਸੀ ਤੇ ਫਿਰ ਤੂੰ ਭਾਂਡਾ ਆਪਣਾ ਲੈ ਲਿਆ ਅੱਛਾ ਉਹ ਖਾਣਾ ਖਾਈਏ ਜਿਹੜਾ ਨਹੀਂ ਲਿਆ ਉਹ ਬੇਟਾ ਹੀ ਲਾਇਆ ਅੰਦਰ ਆਓ ਬੈਠੋ ਉਹ ਭਾਂਡਾ ਮੀਲ ਆ ਤੂੰ ਮੇਰੀ
ਖਾਲਾ ਜਿਹੜੀ ਹੈ ਨਾ ਇੰਗਲੈਂਡ ਵਿੱਚ ਸੈੱਟ ਹੈ ਅੱਥਾ ਤੇ ਮੇਰਾ ਮਾਮਾ ਅਮਰੀਕਾ ਸੈੱਟ ਹੈ ਤੇ ਤੇਰੀ ਪੁੱਪੀ ਰੱਤਿਆ ਨਾ ਥੱਦੇ ਬਦਤਮੀਜ਼ੀ ਨਾ ਕਰੀ ਮੇਰੇ ਨਾਲ ਤੂੰ ਤਾਂ ਨਹੀਂ ਸੁਣੀ ਹੈ ਕਿਹੜੀ ਤੇਰੀ ਤੇ ਤਾਂ ਵਾਲੀ ਸੁਣਾ ਇਹ ਤੂੰ ਦੀ ਤੇਰੀ ਤੇ ਤੂੰ ਦਾ ਤਾਂ ਫਿਰ ਤੇ ਤੂੰ ਵੀ ਲੱਭਦੇ ਫਿਰਦੇ ਨੇ ਤਾਂ ਵੇ ਭੋਲੇ ਬਦਤਮੀਜ਼ੀ ਨਾ ਕਰ ਮੇਰੇ ਨਾਲ ਬਦਤਮੀਜ਼ੀ ਨਾ ਤਰ ਕੀ ਹੈ ਕੀ ਹੈ ਕੀ ਹੈਗਾ ਉਹ ਤੇਰੀ ਭੈਣ ਨੂੰ ਮੇਰਾ ਵਾਅਦਾ ਹੀ ਦੇ ਦਿੱਤੀ ਤੁਹਾਡੇ ਹੱਥ ਜਿਹੜੀ ਤੀਰ ਦਾ ਹੈ ਹਥੇੜ ਦਿੰਦੇ ਹੋ ਗਰਮੀ ਆਉਣ ਤੋਂ ਪਹਿਲੇ ਸੁਗੜਿਆ ਮੁਗੜਿਆ ਮੇ ਹੜਾ ਬੜਾ ਵਾਜਾ ਪਰ ਆਪਣਾ ਵਾਅਦਾ ਵਿਆਹ ਹੋਈ ਨਹੀਂ ਤੇ ਬਦ ਦਿੱਤੀ ਮੈਂ ਨਹੀਂ ਨਹੀਂ ਚਸਕੂਤਾ ਹੋਣੇ ਹੈਪੀ ਬਰਥਡੇ ਟੂ ਯੂ ਜੀ ਆਪ ਪਿੰਡੂ ਲੱਗ ਰਹੇ ਹੋ ਨਹੀਂ ਨਹੀਂ ਪਿੰਡੂ ਕਿੱਥੇ ਮੈਂ ਤਾਂ ਪ੍ਰੋਫੈਸਰ ਹਾਂ ਰੀਲੀ ਯੈਸ ਮੈਂ ਅਖਬਾਰ ਮਾਸ਼ਾਅੱਲਾ ਇਹ ਆਪਨੇ ਕੀ ਘਾਤਾ ਹੋਇਆ ਹੈ ਇਹ ਫੈਸ਼ਨ ਹੈ ਮਾਸ਼ਾਅੱਲਾ ਛਤਰੀ ਲੱਗ ਰਹੀ ਹੈ ਜੇ ਕੋ ਮੀਂਹ ਕਣੀ ਪਵੇ ਤੇ ਪਨਾਹ ਮਿਲ ਜਾਏਗੀ ਥੱਲੇ ਨੋਟੀ ਓ ਛੋਟੀ ਬੋਟੀ ਮਾਸ਼ਾਅੱਲਾ ਆਪ ਜਬ ਹਸਤੀ ਹੈ ਨਾ ਕਾਲੇ ਕੀ ਧੁਨੀ ਕੇ ਵਾਟ ਖੁੱਲ ਜਾਂਦੇ ਹੈ ਵਾਹ ਵਾਹ ਕੀ ਬਦਤਮੀਜ਼ੀ ਹੈ ਹੱਸੋ ਖੇਡੋ ਹੱਸੋ ਖੇਡੋ ਹੈ ਅੱਛਾ ਮੇਰੀ ਬਾਤ ਸੁਣੇ ਕਿਸ ਸਿਲਸਿਲੇ ਮੇ ਆਏ ਆਪ ਮੈਂ ਐਕਚੁਅਲੀ ਆਪ ਸੇ ਸ਼ਾਦੀ ਠੋਕਣਾ ਚਾਹਤਾ ਹੂੰ ਓਏ ਸ਼ਾਦੀ ਠੋਕਤੇ ਨਹੀਂ ਹੈ ਕਰਤੇ ਹੈ ਪਿੰਡੂ ਇਹ ਕਰਦੇ ਹੋ ਸਣ ਸ਼ਹਿਰ ਵਾਲੇ ਪਿੰਡਾਂ ਵਾਲੇ ਠੋਕਦੇ ਨੇ ਆ ਚਾਚੀ ਮੇਰੀ ਲਾਹੌਰ ਵਿਆਹੀ ਹੈ 20 ਸਾਲ ਹੋ ਗਏ ਨੇ ਸ਼ਾਦੀ ਨਾਲ ਜਿੱਤੇ ਇੱਕ ਬੱਚਾ ਨਹੀਂ ਹੋਇਆ ਕਿਉਂ ਠੁੱਕੀ ਨਹੀਂ ਨਾ ਬਹੁਤ ਬਦਤਮੀਜ਼ ਹੋ ਤੁਮ ਸਹੀ ਗੱਲ ਹੈ ਅੱਛਾ ਕਿਸ ਚੱਕਰ ਮੇ ਆਏ ਹੋ ਯਹਾਂ ਪੇ ਇਹ ਸ਼ਹਿਰ ਵਿੱਚ ਤੁਹਾਡੀ ਮੌਜ ਲੱਗੀ ਹੈ ਸ਼ਾਦੀ ਹੋਈ ਅੱਛਾ ਕਮਰਾ ਮਿਲਿਆ ਉੱਤੇ ਕੰਬਲ ਲਿਆ ਤੇ ਗੁਲੇ ਗੁਲਜ਼ਾਰ ਹਾਂ ਪਿੰਡ ਜਾਂਦਿਆਂ ਸਿੱਧਾ ਤੂੜੀ ਵਾਲਾ ਕੋਠਾ ਉੱਤੋਂ ਕੋਲ ਉੱਥੇ ਲੇਲਾ ਬੰਨੇ ਆਉਂਦਾ ਹੈ ਲੇਲੇ ਨੂੰ ਇੰਜ ਲੱਗ ਰਿਹਾ ਹੁੰਦਾ ਜਿਵੇਂ ਕੇਬਲ ਲੱਗੀ ਹੋਈ ਹੈ ਉਹ ਆਪਣੀ ਜ਼ੁਬਾਨ ਵਿੱਚ ਆਖ ਰਿਹਾ ਹੁੰਦਾ ਬਗੈਰ ਤੋਂ ਉਹ ਮੇਰੇ ਕੋਲ ਵੀ ਬੱਕਰੀ ਬੰਨੋ ਅੱਛਾ ਤਾਂ ਕਿ ਮੈਂ ਵੀ ਕਰਾਂ ਆਹਾ ਸ਼ਾਦੀ ਕਰਨੀ ਹੈ ਮੁਝਸੇ ਹਾਂ ਕੋਈ ਆਪ ਕੇ ਅੰਦਰ ਮੁਝੇ ਚੀਜ਼ ਨਜ਼ਰ ਆਏ ਕੋਈ ਟੈਲੈਂਟ ਵੈਲੈਂਟ ਕੁਝ ਕਰ ਸਕਤੇ ਹੈ ਆਪ ਬਿਲਕੁਲ ਕਰ ਸਕਨਾ ਕੇ ਕੀ ਕਰਨਾ ਹੈ ਦੱਸ ਸ਼ਾਦੀ ਹੋਈ ਤੁਹਾਡੀ ਨਹੀਂ ਕੋਈ ਇੱਕ ਅੱਧੀ ਰਹਿਸਲ ਹੋਈ ਹੋਵੇ ਨਹੀਂ ਕਦੀ ਕਿਤੇ ਹੀ ਐਵੇਂ ਹਲਕਾ ਜਿਹਾ ਖੜੋਂ ਹੋਇਆ ਹੋਵੇ ਅੱਲਾ ਦੀ ਕਸਮ ਹੈ ਮੇਰੀ ਸ਼ਾਦੀ ਨਹੀਂ ਹੋਈ ਆ ਰਿਜ਼ਕ ਵਾਲੇ ਅੱਡੇ ਤੇ ਖਲੋ ਕੇ ਮੁਸਲਮਾਨਾਂ ਨੂੰ ਗੁੰਮਰਾਹ ਨਾ ਕਰ ਮੈਂ ਝੂਠ ਜਿਹੜਾ ਤਾਂ ਬਾਹਰ ਕੰਮੇ ਚ ਤੇਰੀ ਮਿਹਰਬਾਨੀ ਸ਼ਾਦੀ ਵਾਕੀ ਨਹੀਂ ਹੋਈ ਅਸਨੀ ਇਹ ਕੋਈ ਹਲਕਾ ਜਿਹਾ ਖੜੁੱਪਾ ਹੋਇਆ ਹੋਇਆ ਹੈ ਐਵੇਂ ਨਹੀਂ ਗੱਲ ਸ਼ਾਦੀ ਵੈਸੇ ਅੱਛਾ ਚਲੋ ਕੋਈ ਗੱਲ ਨਹੀਂ ਮੈਂ ਮੇਰੇ ਨਾਲ ਕਰਾ ਲਾ ਬੜਾ ਫਾਇਦਾ ਹੀ ਤੇਰਾ ਰੰਗ ਚਿੱਟਾ ਮੇਰਾ ਕਾਲਾ ਬੱਚੇ ਹਸਨ ਡੱਬ ਖੜੱਬੇ ਪੂਛ ਲਾ ਵਾਲੇ ਮਜ਼ਾ ਆ ਜਾਏਗਾ ਦੁਨੀਆ ਨੂੰ ਚੇਂਜ ਦੇ ਦੇਵਾਂਗੇ ਹੈ ਮੇਰੀ ਬਾਤ ਸੁਣੋ ਹਾਂ ਮੈਨੂੰ ਕੁਝ ਨਜ਼ਰ ਆਣਾ ਚਾਹੀਏ ਸ਼ਾਦੀ ਕੇ ਲਈ ਤੁਹਾਡੇ ਅੰਦਰ ਕੋਈ ਟੈਲੈਂਟ ਹੋ ਮੈਨੂੰ ਪਤਾ ਹੋ ਮੈਂ ਟੈਲੈਂਟ ਵਿਖਾਣਾ ਦੱਸ ਕੀ ਸੁਣਨਾ ਹੈ ਮੈਨੇ ਗਾਣਾ ਸੁਣਨਾ ਹੈ ਕਿਹੜਾ ਬਾਗ ਵਿੱਚ ਗਈ ਬਾਗ ਵਿੱਚ ਅੰਬ ਚੁੱਪਣ ਗਈ ਫੜੀ ਗਈ ਜਦੋਂ ਤੈਨੂੰ ਪਤਾ ਤੂੰ ਉੱਥੇ ਫੜੀ ਜਾਣਾ ਉੱਥੇ ਅੰਬ ਲੈਣ ਗਈ ਹੈ ਮੈਂ ਅੰਬ ਚੁੱਪਣ ਲਈ ਗਈ ਜਾਣ ਕੇ ਫੜੀ ਗਈ ਮੈਂ ਤੇ ਬੜਾ ਰੌਲਾ ਪਾਇਆ ਮਾਲੀ ਬਾਜ਼ ਨਾ ਆਇਆ ਉਹਨੇ ਮੁੱਢੂ ਤੋਂ ਆਹਾ ਓਏ ਕੀ ਬਦਤਮੀਜ਼ੀ ਮੈਨੂੰ ਨਹੀਂ ਮਜ਼ਾ ਆਇਆ ਮਜ਼ਾ ਤੈਨੂੰ ਦੂਜੀ ਵਾਰੀ ਆਏਗਾ ਕਿਵੇਂ ਆ ਮਤਲਬ ਕਿ ਜਦੋਂ ਦੂਜੀ ਵਾਰੀ ਗਾਣਾ ਸੁਣਾਵਾਂਗਾ ਅੱਛਾ ਤੁਮ ਇਹ ਗਾਣਾ ਮੈਨੂੰ ਨਾ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਸੁਣਾਓ ਫਿਰ ਮਜ਼ਾ ਆਏਗਾ ਅੱਛਾ ਜੀ ਸਾਰੇ ਮਸੇਰ ਖਾਨ ਸਾਹਿਬ ਵਾਸਤੇ ਤਾੜੀ ਠੋਕੋ ਯਾਰ ਉਹਦੀ ਵਜ੍ਹਾ ਹੈ ਕਿ ਚੰਗੇ ਸੱਜਣ ਉਹ ਹੀ ਹੁੰਦੇ ਨੇ ਜਿਹੜੇ ਸੱਜਣਾਂ ਦੀ ਕੰਢ ਪਛਾਣਨ ਨੁਸਰਤ ਫਤਿਹ ਅਲੀ ਖਾਨ ਮੁਲਕੇ ਪਾਕਿਸਤਾਨ ਦਾ ਉਹ ਸਰਮਾਇਆ ਹੋਇਆ ਜਿਹਨੇ ਅੰਗਰੇਜ਼ਾਂ ਦੇ ਮੂੰਹ 'ਚ ਵੀ ਅਲੀ ਅਲੀ ਕਰਵਾ ਦਿੱਤੀ ਅਤੇ ਤਵੱਜੋ ਕਰਨੀ ਕਿ ਖਾਨ ਸਾਹਿਬ ਕਿਵੇਂ ਅੰਬ ਚੁਪਾ ਰਹੇ ਨੇ ਖਾਦਾ ਅੰਬ ਤੇ ਪੈ ਗਿਆ ਫਤੂ ਖਾਦਾ ਅੰਬ ਤੇ ਪੈ ਗਿਆ ਫਤੂਰ ਮਾਲੀ ਮੈਨੂੰ ਯਾਦ ਆਉਂਦਾ ਫੜਾ ਕੇ ਲੰਗੜਾ ਅੰਬ ਕਹਿੰਦਾ ਮੈਨੂੰ ਚੂ ਮਾਲੀ ਮੈਨੂੰ ਨਜ਼ਰਾ ਵੱਡੀ ਡੁਗ ਡੁਗੀ ਸਪੀਕਿੰਗ ਮਾਲੀ ਮੈਨੂੰ ਯਾਦ ਆਉਂਦਾ ਖਾਦਾ ਅੰਬ ਤੇ ਪੈ ਗਿਆ ਫਤੂ ਬਸ ਤੈਨੂੰ ਮਜ਼ਾ ਨਹੀਂ ਆਇਆ ਤੂੰ ਇੱਥੇ ਖੜੋ ਮੈਂ ਮੱਝ ਵਾਲਾ ਟੀਕਾ ਲਵਾਈ ਅੰਬਲਾ ਤੂੰ ਫਰੂਟ ਬਦਲ ਲੈ ਤੂੰ ਨਹੀਂ ਅੰਬ ਸਹੀ ਹੈ ਅੱਛਾ ਥੋੜੀ ਜਿਹੀ ਪਰ ਆ ਜਾ ਤਾਉਲਾ ਦਾ ਵਾਜਾ ਲੰਮਾ ਹੁੰਦਾ ਹੈ
ਵਿੱਚ ਨਾ ਆ ਜਾਵੇ। ਅੱਛਾ ਜੀ, ਫੋਤਕੀਆਂ ਤੇ ਗਾਉਣ ਵਾਲਾ ਗੁਰੂਕਾਰ ਹੈ, ਲਾਲਾ ਤਾ ਲਾਲਾ ਨੂੰ ਜ਼ਿੰਦਗੀ ਦੇਵੇ। ਤੇ ਤਵੱਜੋ ਕਰਨੀ ਕਿਵੇਂ ਅੰਬ ਦਾ ਸਿਸਟਮ ਚਲਾ ਰਿਹਾ। ਉੱਠ ਜਾਗ ਮਾਦੀ ਦਿਆ ਪੁੱਤਰਾ, ਤੇਰੇ ਪਿਓ ਨੂੰ ਲੈ ਗਏ ਨੀਚੋ, ਯਾ ਪਿਓ ਨੂੰ ਲੱਭ ਕੇ ਲੈ ਤੂੰ, ਯਾ ਮੈਨੂੰ ਕਰਾ ਦੇ ਹੋ। ਇਹ ਅੰਬੇ ਲੰਗੜਾ ਅੰਬੇ, ਇਹ ਅੰਬੇ ਲੰਗੜਾ ਅੰਬੇ, ਉਹ ਜਿਹੜਾ ਗਿਟਕ ਸਮੇਤ ਜਾਂਦਾ ਲਾਂਘੇ। ਤੇਰੀ ਖੈਰ ਹੋਵੇ, ਤੇਰਾ ਤੇ ਲੈ ਜਾਈ ਆ। ਵੈਸੇ
ਕਹਿੰਦਾ ਭੁੱਲ ਗਿਆ ਸੀ ਇਹ ਜੋ ਕੇ ਸਾਧੂ ਸੰਤ ਫਕੀਰ ਨਹੀਂ ਬਾਬੇ ਪਹੁੰਚੇ ਬਾਬੇ ਨਹੀਂ ਬੇਵਕੂਫਾ ਬਾਬੇ ਨੇ ਆਪਣੇ ਜਾਦੂ ਟੂਣੇ ਕੇ ਸਾਥ ਬੜੀ ਬੜੀ ਮੁਸ਼ਕਲੋਂ ਕੇ ਹੱਲ ਨਿਕਾਲੇ ਹੈ ਕੀ ਕਿਆ ਕਹਨੇ ਅੱਲਾ ਖੈਰ ਹੈ ਕੀ ਉਹ ਤੁਹਾਡੇ ਬਜ਼ੁਰਗਾਂ ਨੂੰ ਕਿਸੇ ਦੀ ਬਦਦੁਆ ਆਏ ਉਹ ਕੋਈ ਰਿਜ਼ਲਟ ਨਹੀਂ ਠੀਕ ਆਇਆ ਅੰਨੀ ਮਾਂ ਦੇ ਬੱਚੇ ਜੱਟ ਠਹਿਰ ਕੇ ਆ ਜਾਵੇ ਨਾਲ ਵੱਟੀ ਨੂੰ ਵੀ ਜ਼ਲੀਲ ਕਰਾ ਦਿੱਤੀ ਮੰਤਰ ਕਰਕੇ ਵਿਖਾ ਬਾਬਾ ਮੇਰਾ ਇੱਕ ਨਾਨਾ 80 ਸਾਲ ਦੀ ਉਮਰ ਚ ਮਰ ਗਿਆ ਸੀ ਕਾਕਾ ਅੱਛਾ ਯਕੀਨ ਕਰ ਜਦੋਂ ਮੈਂ ਉਹਨੂੰ ਆਪ ਨਹਾਇਆ ਨਾ ਜਦੋਂ ਇਸ ਕਿਸਮ ਦੇ ਗੋਡੇ ਹੋ ਚੁੱਕੇ ਸਨ ਉਹਦੇ ਮੈਂ ਤੁਹਾਡੇ ਦੋਵਾਂ ਦੀ ਇੱਜ਼ਤ ਕੀਤੀ ਇਹ ਗੋਡੇ ਦੱਸੇ ਨੇ ਨਹੀਂ ਤੇ ਗਿੱਟੇ ਵੀ ਸਨ ਪੁੱਤਰ ਗਿੱਟੇ ਵੀ ਸਨ ਗਿੱਟੇ ਵੀ ਆਏ ਨਾ ਨਾਲ ਹਾਂ ਜੋ ਕਿ ਸਾਧੂ ਸੰਤ ਫਕੀਰ ਖਾ ਬਾਬੇ ਪਹੁੰਚੇ ਬਾਬੇ ਹੈ ਕਿਆ ਕਹਿਣੇ ਤੇਰੇ ਟੁਰਨਾ ਵੀ ਹੈ ਮੇਰਾ ਵਜ਼ੂ ਨਾ ਤਰੋੜ ਬਾਨੇ ਬਾਨੇ ਨਾਲ ਦੱਸਦਾ ਰਹਿੰਦਾ ਮੈਂ ਤੁਹਾਡੇ ਚ ਹੀ ਆ ਬਾਬਾ ਜੋ ਕਿ ਸਾਧੂ ਸੰਤ ਫਕੀਰ ਹੈ ਕਿਆ ਕਹਿਣੇ ਵਾਹ 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 ਇਮਾਨ ਦੀਵੇ ਰੱਖਣ ਵਾਲੀ ਥਾਂ ਅਰਗਾ ਮੂੰਹ ਹੈ ਤੇਰਾ ਲੈ ਉਹ ਕਹਿੰਦਾ ਲੱਗਣ ਜਾ ਕੇ ਦੇਖ ਰਹਾ ਇਹ ਜੋ ਕਿ ਸਾਧੂ ਸੰਤ ਫਕੀਰ ਹਾਂ ਬਾਬੇ ਪਹੁੰਚੇ ਬਾਬੇ ਹਾਂ ਪੁੱਤਰ ਓਏ ਇਹ ਗੁਜਰਾਂ ਵਾਲਾ ਹੈ ਪਹਿਲਵਾਨੋਂ ਕਾ ਸ਼ਹਿਰ ਹੈ ਸ਼ੇਰ ਦਿਲ ਲੋਕੋਂ ਕਾ ਸ਼ਹਿਰ ਹੈ ਕੀ ਬਾਤ ਹੈ ਖਾਣ ਪੀਣ ਵਾਲੇ ਲੋਕਾਂ ਦਾ ਸ਼ਹਿਰ ਔਰ ਇਹਦੇ ਚ ਕੋਈ ਸ਼ੱਕ ਨਹੀਂ ਸੱਚੀ ਮੁੱਚੀ ਖਾਣ ਪੀਣ ਵਾਲੇ ਲੋਕਾਂ ਦਾ ਸ਼ਹਿਰ ਐਸਾ ਨਹੀਂ ਤੇ ਬਾਕੀ ਵੀ ਸ਼ਹਿਰਾਂ 'ਚ ਅਸੀਂ ਫਿਰਦੇ ਟੁਰਦੇ ਰਹੇ ਆ ਅੱਛੇ ਨੇ ਸ਼ਹਿਰ ਪਾਕਿਸਤਾਨ ਦਾ ਹਰ ਬੰਦਾ ਹੀ ਅੱਛਾ ਹੈ ਇਹਦੇ ਅੱਛੇ ਨੇ ਇੱਕ ਸਿਗਰਟ 9 ਬੰਦੇ ਪੀਂਦੇ ਨੇ ਹੈ ਪੁੱਤਰ ਜਿੱਥੇ ਇੱਕ ਸਿਗਰਟ 9 ਬੰਦੇ ਪੀ ਜਾਣ ਤੇ ਵੇਲੇ ਐਸਟਰੇ ਦਾ ਕੀ ਹਾਲ ਹੋ ਜਾਂਦਾ ਦੇਖ ਜੋ ਕਿ ਸਾਧੂ ਸੰਤ ਫਕੀਰ ਖਾਂ ਬਾਬੇ ਪਹੁੰਚੇ ਬਾਬੇ ਹੈ ਬਾਬੇ ਨੇ ਆਪਣੇ ਜਾਦੂ ਟੂਣੇ ਕੇ ਸਾਥ ਬੜੀ ਬੜੀ ਮੁਸ਼ਕਲੋਂ ਕੇ ਹੱਲ ਨਿਕਾਲੇ ਹੈ ਰਾਤੀ ਕੋਲੇ ਦੇ ਨਾਲ ਦੀਵਾਰ ਦੇ ਉੱਤੇ ਇੱਕ ਔਰਤ ਬਣਾਈ ਅੱਲਾ ਵੱਲੋਂ ਉਹਦੇ 'ਚ ਜਾਨ ਪੈ ਗਈ ਬਾਬੇ ਨੇ ਉਹਦੇ ਨਾਲ ਸ਼ਾਦੀ ਕੀਤੀ ਹੈ ਅੱਛਾ ਅੱਲਾ ਨੇ 2 ਪੁੱਤਰ ਦਿੱਤੇ ਨੇ ਉਹ ਕਿੱਥੇ ਨੇ ਇਹ ਸੱਜੇ ਖੱਬੇ ਨੇ ਇਹ ਮੇਰੀਆਂ ਚਵਲਾਂ ਵੱਜੀਆਂ ਨੇ ਬਾਬੇ ਕੇ ਪਾਸ ਪੁੱਤਰ ਬੜੀ ਬੜੀ ਮੁਸ਼ਕਲੋਂ ਕੇ ਹੱਲ ਨੇ ਜ਼ਰਾ ਪਾਣੀ ਚੈੱਕ ਕਰਨ ਆ ਰਹੀ ਹੈ ਇਹ ਕਿਹੜਾ ਪਾਣੀ ਹੈ ਬਾਬਾ ਜੀ ਇਹ ਪੁੱਤਰ ਬੰਦਾ ਗਰਮ ਹੋ ਜਾਂਦਾ ਇਸ ਪਾਣੀ ਨਾਲ ਅੱਛਾ ਜੀ ਗਰਮ ਕਿੰਜ ਹੋ ਜਾਂਦਾ ਐ ਸਾਹਮਣੇ ਚਿੱਟੇ ਕੱਪੜਿਆਂ ਵਾਲੇ ਤੇ ਰੋੜ ਹਾਂ ਵੇਖੀ ਤੇਰੇ ਤੇ ਗਰਮ ਹੁੰਦਾ ਕਿ ਨਹੀਂ ਹੁੰਦਾ ਹੈ ਕਿ ਨਹੀਂ ਦੇਖ ਜੋ ਕਿ ਸਾਧੂ ਸੰਤ ਫਕੀਰ ਖਾਂ ਬਾਬੇ ਪਹੁੰਚੇ ਬਾਬੇ ਹੈ ਇਸ ਤੇ ਕਰਾਮਾਤ ਕਰਕੇ ਵਹਾ ਯਾਰ ਅੱਗੇ ਜਿੰਨਾ ਕਰਾਮਾਤਾਂ ਕਰਨ ਦੇ ਚੱਕਰ 'ਚ ਪਏ ਨੇ ਤੇ ਵੇਖ ਲਓ ਉਹਨਾਂ ਦਾ ਕੀ ਅਸ਼ਰ ਹੋਇਆ ਬਾਬਾ ਕੁਝ ਕਰਕੇ ਵਹਾਓ ਇਹ ਬਾਬਾ ਨਾ ਵੀ ਕਰੇ ਤੂੰ ਫੀਲ ਕਰੇਂਗੇ ਕਰ ਗਿਆ ਮੰਨੇ ਜੋਗੀ ਆ ਤੇਰੇ ਕਮਾਲ ਦੇਖ ਜੋ ਕਿ ਸਾਧੂ ਸੰਤ ਫਕੀਰ ਹੈ ਬਾਬੇ ਇਹ ਨਾਰੀ ਬਾਬੇ ਤੁਝੇ ਇਸ ਛੜੀ ਕਾ 5000 ਕਾ ਨੋਟ ਬਣਾ ਕੇ ਦਿਖਾ ਦੇ ਤੋ ਮਾਨੋ ਜੋਗੀ ਆ ਤੇਰੇ ਕਮਾਲ ਹੈ ਇਹ ਨਹੀਂ ਹੋ ਸਕਦਾ ਬਾਬਾ ਇਹ ਨਹੀਂ ਹੋ ਸਕਦਾ ਸੀ ਬੜੇ ਬਾਬੇ ਇਹ ਦੋਵੇਂ ਹੋ ਸਕਦੇ ਨੇ ਤੇ ਇਹ ਕਿਉਂ ਨਹੀਂ ਹੋ ਸਕਦਾ ਅੱਜ ਸਾਹਿਬ ਇਹ ਕੋਈ ਹੋਣ ਵਾਲੀਆਂ ਚੀਜ਼ਾਂ ਸਨ ਹੋ ਗਏ ਆ ਹੋ ਗਏ ਹੋ ਬਿਓ ਦੀਆਂ ਮਿਹਨਤਾਂ ਵੱਧੋਂ ਆਵਾਂ ਮਿਹਨਤਾਂ ਕੀਤੀਆਂ ਨੇ ਅਗਲਿਆਂ ਆਵੇਂ ਹੋਇਆ ਸੀ ਤੂੰ ਕਰਕੇ ਵਿਖਾ ਕੇ ਸਾਨੂੰ ਪਤਾ ਲੱਗੇ ਪਾ ਮੈਂ ਪੁੱਤਰ ਜੇ ਕੀਤਾ ਵੀ ਤੇ ਕਮ ਸੇ ਕਮ ਇੰਜ ਦਾ ਨਹੀਂ ਕਰਾਂਗਾ ਮੈਂ ਨਹੀਂ ਯਕੀਨ ਤੇ ਮੇਰੇ ਕੋ ਪ੍ਰੈਕਟੀਕਲ ਕਰਾ ਕੇ ਵੇਖ ਲੋ ਕੀ ਆ ਨਹੀਂ ਹੈ ਲੈ ਲੈ ਕੀ ਆ ਜੀ ਅੱਧੀ ਕੀ ਮੈਂ ਪੁੱਛਣਾ ਹੀ ਚਾਹ ਰਿਹਾ ਵਾਂ ਇਸ ਛੜੀ ਕਾ ਤੁਝੇ ਅਗਰ 5000 ਕਾ ਨੋਟ ਬਣਾ ਕੇ ਦਿਖਾ ਦੂੰ ਤੋ ਮਾਨੋ ਜੋਗੀ ਆ ਤੇਰੇ ਕਮਾਲ ਹੈ ਲੈ ਫਿਰ ਦੇਖ ਜ਼ਰਾ ਦੇਖਤੀ ਆਂਖੋਂ ਸੁਣਤੇ ਕਾਨੋ ਕੇ ਸਾਹਮਣੇ ਜੋਗੀ ਸਾਧੂ ਸੰਤ ਫਕੀਰ ਇਸ ਛੜੀ ਕਾ 5000 ਕਾ ਨੋਟ ਬਣਾਣੇ ਜਾ ਰਹਾ ਹੈ ਬੱਚਿਆ ਹੇ ਚੜਾ ਬਨ ਚੌੜ ਚ ਪੰਜ ਚੜਾ ਬਨ ਤੁਮ ਤੜਾ ਅੱਖੂ ਚੜਾ ਆ ਹੇ ਦਗੜਦਾ 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 ਕਿੜਦੀ ਤਾਂ ਖਰੀਆਂ ਬੋਤਲਾਂ ਸੁੱਚੀਆਂ ਬੋਤਲਾਂ ਆ ਹੇ ਕੁਲ ਸੁਣੀ ਬਿਨ ਭੂਤ ਪਾਤ ਬਿਨ ਤੁਰਪਤ ਸੁਣਾ ਰਮੀ ਕਿਸ ਬ੍ਰੈਂਡ ਕੈਂਡ ਵਿੱਚ ਚਲ ਜੇ ਪੁੰਨਾ ਤੁਰਪ ਤੱਕ ਨਹੀਂ ਜੰਡੇ ਸ਼ਾਬਾਈ ਤੁਰਪ ਤੱਕ ਨਹੀਂ ਜੰਡੇ ਸ਼ਾਦਾ ਤੁਰਪ ਤੱਕ ਨਹੀਂ ਜੰਡੇ ਸ਼ਾਦਾ 5000 ਦਾ ਨੋਟ ਬਣਿਆ ਜੀ ਨਹੀਂ ਪੁੱਤਰ ਇੰਜ ਬਣਦਾ ਤੇ ਕੋਈ ਕੰਮ ਤੇ ਜਾਂਦਾ ਮੰਤਰ ਕਰਨ ਲੱਗੇ ਬਾਬਾ
ਬਾਬਾ ਹੇ ਕੁੱਲੂ ਪੁੱਲੂ ਚੂ ਚੂ ਬੁੱਲੂ ਹਟ ਕਟੋਰੀ ਚੂ ਹੇ ਹਟ ਕਟੋਰੀ ਚੂ ਪਿਆਲਾ ਕਾਲਾ ਤਿੱਤਰ ਲੰਗੂ ਆਛੂ ਕੁਝ ਵੀ ਨਹੀਂ ਬਾਬਾ ਜੂਠਾ ਪੈ ਗਿਆ ਚੰਗਾ ਮੇਰਾ ਨੂਰਾਨੀ ਚਿਹਰਾ ਸੀ ਮੇਰਾ ਤੇਰੀ ਵਜ੍ਹਾ ਤੋਂ ਨੂਰਾਨੀ ਚਿਹਰਾ ਭੂਸੜਾ ਪੈ ਗਿਆ ਤੈਨੂੰ ਅਗਲਾ 500 ਵੀ ਨਾ ਦੇਵੇ ਆਪਣਾ ਮਕਸਦ ਵੀ ਪੂਰਾ ਕਰ ਲਵੇ ਤੇ ਮੰਨੇ ਯੋਗੀ ਆ ਤੇਰੇ ਦੇਖ ਵੀ ਬਾਬੇ ਜਿਸ ਸ਼ੋਅ ਮੇ ਵੀ ਜਾਤੇ ਹੈ ਕੀ ਕਹਿਨੀ ਹੈ ਇਹ ਚ ਹੈ ਕੀ ਬਾਬਾ ਜੀ ਇਹਦੇ ਚ ਤੇਰਾ ਫੀਡਰ ਹੈ ਨਹੀਂ ਬਾਬਾ ਜੀ ਨਹੀਂ ਇਹ ਬਾਬਾ ਸਭ ਪਈ ਦਿਖਾ ਯੋਗੀਆਂ ਦਾ ਸ਼ਾਪੀ ਬੇਵਕੂਫੇ ਨਾਰੀਏ ਯੋਗੀਆਂ ਦਾ ਸ਼ਾਪੀ ਬਾਬੇ ਜਿਸ ਵੀ ਸ਼ੋਅ ਮੇ ਜਾਤੇ ਹੈ ਜਿਸ ਵੀ ਪ੍ਰੋਗਰਾਮ ਮੇ ਜਾਤੇ ਹੈ ਤੋ ਪੁੱਤਰ ਸ਼ਾਪ ਨਿਕਾਲ ਕੇ ਦਿਖਾਤੇ ਹੈ ਸਿਆਣੇ ਕਹਿੰਦੇ ਨੇ ਕਿ ਛੱਪਾਂ ਦੇ ਪੁੱਤ ਕਦੀ ਮਿੱਤ ਨਹੀਂ ਹੁੰਦੇ ਤੇ ਭਾਵੇਂ ਚੁਲੀਆਂ ਦੁੱਧ ਪਿਆਈਏ ਛੱਪਾਂ ਦੇ ਪੁੱਤ ਕਦੀ ਮਿੱਤ ਨਹੀਂ ਹੁੰਦੇ ਭਾਵੇਂ ਚੁਲੀਆਂ ਦੁੱਧ ਪਿਆਈਏ ਤੇ ਸਾਨੂੰ ਕਿਸੇ ਨੇ ਕੀ ਕਹਿਣਾ ਭਾਵੇਂ ਸੜਕ ਤੇ ਬਹਿ ਕੇ ਨਾਈਏ ਵਾਹ ਗੱਲ ਸਮਝ ਆ ਰਹੀ ਹੈ ਕਿ ਨਹੀਂ ਤੈਨੂੰ ਬਾਬਾ ਦੇਖ ਜ਼ਰਾ ਨਾਰੀ ਜੋ ਕਿ ਸਾਧੂ ਸੰਤ ਫਕੀਰ ਸ਼ਾਂਪ ਨਿਕਾਲਨੇ ਜਾ ਰਹਾ ਹੈ ਬੱਚਿਆ ਬਾਬਾ ਜੀ ਇਹਨਾਂ ਔਰਤਾਂ ਦੇ ਬਾਰੇ ਚ ਤੈਨੂੰ ਕੋਈ ਗੱਲ ਯਾਦ ਹੈ ਕੋਈ ਗੁਫ਼ਤਗੂ ਯਾਦ ਹੈ ਤੇ ਕਰ ਸਕਦਾ ਨਹੀਂ ਕੋਈ ਮਸਲਾ ਨਹੀਂ ਇਹਦੀ ਅੱਲਾ ਖੈਰ ਤੇਰੀ ਬਾਬਾ ਜੀ ਵਾਕੀ ਸੱਪ ਹੈਗਾ ਸੱਪ ਹੈ ਛੋਟਾ ਵੱਡਾ ਲੈ ਤੂੰ ਤੇਜ ਪੁੱਛ ਰਹੀ ਹੈ ਸਰਦੀਆਂ ਵਾਲਾ ਕਿ ਗਰਮੀਆਂ ਵਾਲਾ ਹੈ ਬਾਬਾ ਜੀ ਇਹ ਛੋਟਾ ਹੋਵੇ ਵੱਡਾ ਹੋਵੇ ਤੈਨੂੰ ਨਜ਼ਰ ਆਵੇ ਤੇ ਮੰਨੇ ਜੋਗੀ ਆ ਤੇਰੇ ਕਮਾਲ ਜਾਂਦੇ ਇਹ ਕਰਾ ਛੋਟੇ ਵੱਡੇ ਦੇ ਚੱਕਰ 'ਚ ਨਹੀਂ ਪਈ ਦਾ ਸੱਪ ਸੱਪ ਹੀ ਹੁੰਦਾ ਕਿਉਂ ਬੱਚਿਆ ਤੈਨੂੰ ਤਾਂ ਲੜਦਾ ਰਿਹਾ ਇਹਨੂੰ ਚਾਰ ਵਾਰੀ ਲੜਿਆ ਹੀ ਸੱਪ ਅੱਛਾ ਜੀ ਆ ਫਿਰ ਮੈਨੂੰ ਨਹੀਂ ਲੱਭਾ ਬੱਚਿਆ ਕਹਿੰਦੇ ਫਿਰ ਬਸ ਉਹ ਮਰ ਗਿਆ ਇਹ ਬਚ ਗਿਆ ਦੇਖ ਜ਼ਰਾ ਅਕਲ ਆਖਦੀ ਰੱਖਣੀ ਨਜ਼ਰ ਨੀਵੀਂ ਤੇ ਇਸ਼ਕ ਆਖਦਾ ਵੇਖਣਾ ਚਾਹੀਦਾ ਹੈ ਅਕਲ ਆਖਦੀ ਰੱਖਣੀ ਨਜ਼ਰ ਨੀਵੀਂ ਤੇ ਇਸ਼ਕ ਆਖਦਾ ਵੇਖਣਾ ਚਾਹੀਦਾ ਹੈ ਅਕਲ ਰੋਕਦੀ ਇਹ ਇਸ਼ਕ ਆਖਦਾ ਹੈ ਮੱਥਾ ਯਾਰ ਨੂੰ ਟੇਕਣਾ ਚਾਹੀਦਾ ਤੇ ਅਕਲ ਆਖਦੀ ਝੁੱਗੇ ਨੂੰ ਸਾਂਭ ਕੇ ਰੱਖ ਆਪਣਾ ਆਪ ਸਮੇਟਣਾ ਚਾਹੀਦਾ ਹੈ ਤੇ ਇਸ਼ਕ ਆਖਦਾ ਝੁੱਗੇ ਨੂੰ ਕੀ ਕਰਨਾ ਝੁੱਗਾ ਬਾਲ ਕੇ ਸੇਕਣਾ ਚਾਹੀਦਾ ਤੋ ਦੇਖਤੀ ਆਂਖੋਂ ਔਰ ਸੁਨਤੇ ਕਾਨੋਂ ਆਪਕੋ ਰਾਸ਼ਿਦਾ ਪ੍ਰਵੀਨ ਔਰ ਸ਼ੁਮਾਇਲਾ ਨੂਰੀਨ ਕਾ ਸਲਾਮ ਇਹ ਕਿਹੜੀ ਸ਼ੁਮਾਇਲਾ ਨੂਰੀਨ ਨੇ ਜਿਹਨੇ ਮੁੱਛਾਂ ਰੱਖੀਆਂ ਹੋਈਆਂ ਨੇ ਅੱਲਾ ਤੇਰੀ ਖੈਰ ਰੱਖੇ ਦੇਖ ਜਦੋਂ ਬਜ਼ੁਰਗ ਹੋ ਜਾਂਦੀ ਇਹ ਮੁੱਛਾਂ ਨਿਕਲ ਹੀ ਆਉਂਦੀਆਂ ਨੇ ਪੁੱਤ ਤੈਨੂੰ ਮੁੱਛਾਂ ਵੀ ਹੋਣ ਬਾਬਾ ਡਰਨਾ 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 ਇਹ ਜਿਹੜਾ ਬੰਦ ਚੌਂਚ ਚ ਪੰਜੜ ਬੰਦ ਤੂੰ ਤੜਾ ਕੇ ਛੁਚੜਾ ਕਾ ਦੜ 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 ਆ ਕਿਹੜੀ ਤਖਰੀਆਂ ਬੋਤਲਾਂ ਖਰੀਆਂ ਬੋਤਲਾਂ ਸੁੱਟੀਆਂ ਬੋਤਲਾਂ ਆ ਇਹ ਕੁਛ ਸੁਣਨੀ ਵੀ ਬੂਤ ਪਾਰ ਪਿੰਨ ਤੋਂ ਪਛੁਨਾ ਰਲ ਸਬਰਾਣ ਗੈਂ ਚੱਲ ਜੰਮ ਪੁਨਾ ਤੁੱਟ ਤੱਕ ਦਿਨ ਜੰਡੇ ਜਾ ਬੈ ਤੁੱਟ ਤੱਕ ਦਿਨ ਜੰਡੇ ਦਾ ਤੇ ਕਿੜਦਾ ਦਾ ਕਿੜਦਾ ਦਾ ਆ ਸੱਪ ਨਿਕਲੇ ਬਾਬਾ ਸੱਪ ਕਿੱਥੇ ਆ ਜਾ ਫਿਰ ਬੁਰਕੀ ਬੁਰਕੀ ਲਾ ਲਈ ਭਾਈ ਆ ਜਾ ਬਾਬਾ ਸੱਪ ਕਿੱਥੇ ਹੀ ਸਲਾਦ ਲੈਣ ਗਿਆ ਸ਼ੁਰੂ ਤੇ ਕਰੋ ਮਰੋ ਓਏ ਕਿਹੜਾ ਸੱਪ ਹੈ ਯਾਰ ਪੁੱਤਰ ਇਸ ਤੋਂ ਵੱਡਾ ਕਿਹੜਾ ਸੱਪ ਹੀ ਜਿਹਦੀ ਖਾਤਰ ਬੰਦਾ ਬੰਦੇ ਲਈ ਸੱਪ ਬਣ ਜਾਵੇ ਇਸ ਤੇ ਵੀ ਚੌਂਕ ਹੋ ਜਾਈਏ ਤੇ ਜ਼ਿੰਦਗੀ ਬਣ ਜਾਂਦੀ ਹੈ ਬੱਚਿਆ ਕੀ ਕਹਿੰਦੇ ਇਸ ਤਰ੍ਹਾਂ ਨਾ ਬੈ ਕਿਉਂ ਨਾ 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 ਇਸ ਤਰ੍ਹਾਂ ਨਾ ਬੈ ਪੁੱਤਰ ਓਏ ਲੈ ਬਾਬਾ ਸਿਗਨਲ ਗਲਤ ਹੋ ਜਾਂਦੇ ਨੇ ਕੀ ਗੱਲ ਹੈ ਪਾਣੀ ਤੇ ਨਹੀਂ ਚਾਹੀਦਾ ਨਹੀਂ ਬਾਬਾ ਮੇਰੇ ਕੋਲ ਆਪਣਾ ਬੜਾ ਹੈ ਬਾਬਾ ਇਹ ਜਿਹੜੀਆਂ ਔਰਤਾਂ ਨੇ ਨਾ ਹਾਂ ਇਹਨਾਂ ਦੇ ਬਾਰੇ ਮੈਂ ਯਕੀਨ ਕਰ ਇਹ ਕਿਸੇ ਦੀਆਂ ਪੱਕੀਆਂ ਬਣ ਤਾਂ ਸਕਦੀਆਂ ਨਹੀਂ ਮੈਂ ਅੱਛਾ ਇਹਨਾਂ ਦੇ ਬਾਰੇ ਸਿਰਫ ਕਾਲਾ ਤੇ ਇਹ ਜਾਂਦਾ ਕਿ ਮੇਰੀ ਤੌਬਾ ਹੈ ਰੰਦ ਦੀ ਜ਼ਾਤ ਕੋਲੋਂ ਤੁਸੀਂ ਕਤਲ ਕਰੇਂਦੀਆਂ ਯਾਰ ਤੁਹਾਡੇ ਸ਼ੇਰ ਤਾਂ ਟਿਕਟੌਕ ਤੇ ਵੀ ਚੱਲ ਰਹੇ ਨੇ ਬਾਬਾ ਜੀ ਸਾਡੇ ਕੋਲ ਜ਼ਰਾ ਜਟਕੇ ਸ਼ੇਰ ਨੇ ਕੋਈ ਗੱਲ ਨਹੀਂ ਕਿ ਮੇਰੀ ਤੌਬਾ ਹੈ ਰੰਦ ਦੀ ਜ਼ਾਤ ਕੋਲੋਂ ਤੁਸੀਂ ਕਤਲ ਕਰੇਂਦੀਆਂ ਯਾਰ ਹੱਥ ਰੱਖ ਕੇ ਪਾਕ ਕਲਾਮ ਉੱਤੇ ਧੁੱਖ ਕਰਦੀਆਂ ਸੌ ਸੌ ਵਾਰ ਰੁਲ ਵਹਿੰਦੇ ਨੇ ਆਸ਼ਿਕ ਗਲੀਆਂ ਵਿੱਚ ਤੁਸੀਂ ਜਾਤ ਨਾ ਪੈਂਦੀਆਂ ਬਾਹਰੋ ਜੇ ਤੁਹਾਡਾ ਆਪਣਾ ਸ਼ੌਕ ਮਿਲਣ ਤੇ ਹੋਵੇ ਕੱਚੇ ਘੜੇ ਤੇ ਠਿਲਦੀਆਂ ਪਾਰ ਤੌਬਾ ਹੀ ਹੈ ਐਡੀ ਦਹਿਸ਼ਤ ਇਹਦੀ ਆਪਣੇ ਇਲਾਕੇ ਦੇ ਵਿੱਚ ਹਾਂਜੀ ਕੁੱਤਾ ਨਹੀਂ ਪੈਂਦਾ ਇਹਨੂੰ ਕੁੱਤਾ ਕਿਸ ਵਾਸਤੇ ਮੈਂ ਭਾਈ ਜਾਨ ਕੁੱਤੇ ਕੋਲ ਪੁੱਛਿਆ ਆਪ ਮੈਂ ਕਿਹਾ ਕੁੱਤੇ ਹਾਂ ਇਹ ਕੁੱਤੇ ਇਹ ਕੁੱਤੇ ਐਡਾ ਤੇਰਾ ਕਜ਼ਨ ਕੁੱਤਾ ਇਹ ਕੁੱਤੇ ਮੈਂ ਕਿਹਾ ਯਾਰ ਤੂੰ ਸਾਰੇ ਮੱਲੇ ਨੂੰ ਪੈਂਦਾ ਤੂੰ ਇਹਨੂੰ ਨਹੀਂ ਪੈਂਦਾ ਅੱਛਾ ਕਹਿੰਦੇ ਯਾਰ ਮੈਂ ਐਡਾ ਵੀ ਕੁੱਤਾ ਨਹੀਂ ਹੈਗਾ ਤੇ ਅਗਰਚੇ ਦੋ ਕਿਨਾਰੋਂ ਕਾ ਕਭੀ ਸੰਗਮ ਨਹੀਂ ਹੋਤਾ ਅਗਰਚੇ ਦੋ ਕਿਨਾਰੋਂ ਕਾ ਕਭੀ ਸੰਗਮ ਨਹੀਂ ਹੋਤਾ ਮਗਰ ਇੱਕ ਸਾਥ ਚਲਣਾ ਵੀ ਤੋ ਕੋਈ ਕੰਮ ਨਹੀਂ ਹੁੰਦਾ ਹਜ਼ਾਰੋਂ ਜ਼ੁਲਮਤੋਂ ਮੇਂ ਵੀ ਜਮਾ ਰਖਤੀ ਹੈ ਲੌ ਉਸਕੀ ਚਰਾਗੇ ਇਸ਼ਕ ਜਲਤਾ ਹੈ ਤੋ ਫਿਰ ਮਦਹਮ ਨਹੀਂ ਹੁੰਦਾ ਵਾਹ ਭਾਈ ਕੀ ਬਾਤ ਆ ਭਾਈ ਨਾਰੀਏ ਫੇਰ ਕਰ ਨਾਲ ਦੇਖ ਲੈ ਜੋ ਜੋ ਕੁਝ ਵੇਖਣਾ ਚਾਹਨੀ ਹੈ ਜ਼ਿੰਦਗੀ ਚ ਲੈ ਵੀ ਮੈਂ ਜਦੋਂ ਇੱਥੇ ਆਇਆ ਸਾਂ ਹਾਂ ਤੇ ਤੇਰੀ ਸ਼ਕਲ ਦੇਖ ਕੇ ਅੰਦਾਜ਼ਾ ਹੋਇਆ ਸੀ ਵੀ ਤੇਰਾ ਗੈਰਤ ਨਾਲ ਕੋਈ ਤਾਲੁਕ ਨਹੀਂ ਲਿਹਾਜ਼ਾ ਮੈਂ ਲੈ ਚਲਾਂ ਆਏ ਅੰਦਰ ਦਫਾ ਹੋਵੇ ਗੈਰਤ ਨਾਲ ਵੱਡਾ ਤੂੰ ਗੈਂਤੀ ਤਾਂ ਵੇਖ ਸਾਡਾ ਆਪਣਾ ਗਾਹ ਦੇ ਚਾਚੇ ਦਾ ਅਸੀਂ ਕੀ ਕਰੀਏ ਓਏ ਹਮਸਾ
ਮਜਬੂਰੀ ਕੀ ਦੱਸ ਮਜਬੂਰੀ ਹੈ ਕਿ ਮੇਰੇ ਘਰ ਨਾ ਕੋਈ ਰਿਸ਼ਤਾ ਨਹੀਂ ਆਉਂਦਾ ਬੜਾ ਉੱਚਾ ਖਾਨਦਾਨ ਮੇਰਾ
ਤੈਨੂੰ ਵਾਸਤੇ ਹੀ ਖੁਦਾ ਦਾ ਕਿੱਡਾ ਉੱਚਾ ਖਾਨ ਦਾ ਯਾਦਗਾਰ ਦੀ ਬੱਚੀ ਹੈ ਤੂੰ। ਉਹ ਵੀ ਛੋਟਾ ਹੈ ਜੋ ਤੋਂ ਵੀ ਵੱਡਾ ਖਾਨ ਦਾ। ਬਸ ਫਿਰ ਸ਼ਾਹੀ ਕਿਲੇ ਚ ਵੀ ਆਈ ਹੈ। ਉੱਥੇ ਤੇਰੀਆਂ ਭੈਣਾਂ ਨੇ। ਹਾਏ ਉਹ ਤਾਂ ਵੀ ਵੱਡਾ ਖਾਨ ਦਾ। ਅੱਛਾ ਫਿਰ ਉਹਨੇ ਨਾ ਤੈਨੂੰ ਕੀ ਦੱਸਾਂ ਵੇ। ਮੈਂ ਸੁਣ ਲਈ ਤੇਰੀ ਸੁਣ ਲਈ ਤੇਰੀ ਸੁਣ ਲਈ ਯਕੀਨ ਕਰ ਮੇਰੀ ਪਸਲੀ ਹਲ ਗਈ ਹੈ। ਮੈਂ ਸਿਰਫ ਡਰਾਮੇ ਦੇ ਚੱਕਰ ਚ ਦੱਸ ਨਹੀਂ ਰਿਹਾ ਉਹਨਾਂ ਨੂੰ। ਅੱਗੇ ਆਵੇ ਤੂੰ ਮੋਟੇ ਟੇਡਾ ਲੈ ਕੇ ਆ। ਮੈਨੂੰ ਗੱਲਾਂ ਵਟਸਐਪ ਕਰ ਦਿਓ ਬਾਜੀ। ਗੱਲ ਪਤਾ ਇਹ ਕਦੀ ਗੱਲ ਤਾਂ ਸਹੀ ਹੁੰਦੀ। ਇਹ ਤਾਂ ਕੰਜਰ ਖਾ ਖੂ ਲੈਣਾ ਜੇ ਮੈਂ ਤਾਂ ਤੁਹਾਡੇ ਵਾਂਗੂ ਹੀ ਜੇ। ਮੈਂ ਲਾਹੌਰ ਦਾ ਹੀ ਹਾਂ। ਨਹੀਂ ਤੇ ਸੁਣ ਲੋ। ਸੁਣੋ ਨਾ। ਵੇ ਕਿਸੇ ਕਾਣੀ ਮਾਂ ਦੇ ਬੱਚਿਓ। ਸ਼ੁਕਰ ਹੈ ਮੇਰੀ ਮਾਂ ਟੀੜੀ ਆ। ਇਹਦੀ ਕਾਣੀ ਆ। ਮੈਂ ਕਿੱਡੀ ਸ਼ਰੀਫ ਆ। ਨਹੀਂ ਉਹ ਤੁਹਾਡੇ ਹੱਥ ਦੱਸ ਰਹੇ ਨੇ। ਤੇ ਸ਼ਰਾਫਤ ਲਾਲੀ ਵੇ ਲਾਲੀ ਆਪਣੀ ਤਾਕਤ ਕਦੀ ਜ਼ਾਇਰ ਨਹੀਂ ਕੀਤੀ। ਸਹੀ ਗੱਲ ਹੈ ਬਲਕਿ ਜਿਹੜੀ ਲੋਕਾਂ ਕੋਲੇ ਉਹ ਵੀ ਤੁਹਾਡੇ ਚ ਕਨਵਰਟ ਹੋ ਗਈ। ਆਹਾ ਹਲਕੀ ਹਲਕੀ ਜੀ ਪਹੁੰਚ ਗਈ। ਗੱਲ ਪਤਾ ਕੀ ਹੈ? ਹੱਥ ਬੜੇ ਨਾਜ਼ੁਕ ਹੈ ਤੁਹਾਡੇ। ਚੁੱਪ ਨਹੀਂ ਚੁੱਪ। ਪਹਿਲੇ ਮੇਰੀ ਤਕਲੀਫਾਂ ਸੁਣੋ। ਤਕਲੀਫ ਦੱਸੋ ਭਲਵਾਨ ਜੀ ਛੱਡੋ ਤੁਸੀਂ ਇਸ ਗੱਲ ਨੂੰ। ਇਹ ਢੋਲੇ ਐਵੇਂ ਨਹੀਂ ਬੰਦੇ ਫੋਨ। ਇਹ ਤੂੰ ਵੇਖ ਇਹ ਚੌਂਸਾ ਆ ਸਾਨੂੰ ਪਤਾ ਨਹੀਂ ਪਕੌੜੇ ਵਾਲਾ ਤੇਲ ਲੜਿਆ ਹੈ। ਬਾਵਲਾ ਕੱਚੇ ਦੁੱਧ ਪੀਤੇ ਨੇ ਕੱਚੇ। ਇਹ ਕਿਵੇਂ ਦੀ ਸਿਹਤ ਹੈ? ਲੱਗਦਾ ਸਿੱਧੀਆਂ ਧਾਰਾਂ ਹੀ ਲਈਆਂ ਨੇ। ਤੇ ਕਿਹੜਾ ਔਖਾ ਕੰਮ ਹੈ ਯਾਰ? ਇਹ ਤੇਰੀ ਵਾਸ਼ਲ ਲਾਈਆ ਨੂੰ। ਆ ਯਾਰ ਤੇਰੀ ਮੇਰੇ ਹਣੀ ਦਾ ਪਤਾ ਨਹੀਂ ਸੁੱਤਾ ਪਿਆ। ਵੇ ਗੱਲ ਸੁਣ। ਕਿੱਥੇ ਗਿਆ? ਮੈਨੂੰ ਤੇ ਪਤਾ ਨੀ ਜ਼ਲਾਲਤ ਖਲੋਤੀ ਆ।
ਬੜਿਆਂ ਬੜਿਆਂ ਨੂੰ ਮੰਨ ਗਿਆ ਆਖਰੀ ਦਲੀਲ ਬੱਚਾ ਵੀ ਹਟਿਆ ਜੀ ਮੈਡਮ ਹਾਂਜੀ ਸਰ ਜੀ ਇਹਨਾਂ ਦੇ ਨਾਲ ਦਾ ਘਰ ਮੇਰਾ ਜੇ ਇਹ ਤਾਂ ਦੱਸਿਆ ਹੈ ਉਹਨੂੰ ਜੀ ਸਰ ਜੀ ਮੇਰੀ ਪੂਰੀ ਪ੍ਰੋਬਲਮ ਸੁਣ ਤੁਹਾਡੀ ਗੱਲ ਲੰਮੀ ਹੈ ਸਰ ਜੀ ਮੇਰਾ ਪਿਓ ਜੇਲ੍ਹ 'ਚ ਮੇਰਾ ਭਰਾ ਨਸ਼ੇ 'ਚ ਲੈ ਲਓ ਜੀ ਸਰ ਜੀ ਤੁਹਾਡੀ ਸਰ ਜੀ ਗੱਲ ਲੰਮੀ ਆ ਹਾਂਜੀ ਸਰ ਜੀ ਇਹ ਲੰਮੇ ਪੈ ਕੇ ਨਾ ਕਰ ਲਈਏ ਨਹੀਂ ਨਹੀਂ ਲੰਮੇ ਪੈ ਕੇ ਵੀ ਕਰੇਗਾ ਤੇ ਗੱਲ ਲੰਮੀ ਹੈ ਉਹ ਤੁਹਾਡੇ ਵਾਲਾ ਸਾਹਿਬ ਸਰ ਜੀ ਮੇਰਾ ਮਸਲਾ ਹੈ ਜੀ ਦੱਸੋ ਮਤਲਬ ਕਿ ਮੇਰੇ ਘਰ ਕੋਈ ਰਿਸ਼ਤਾ ਨਹੀਂ ਆਂਦਾ ਇੱਕ ਮੇਰੀ ਮਾਂ ਦੁਨੀਆ 'ਚ ਹਾਏ ਅੱਲਾ ਸਭ ਨੂੰ ਇਹੋ ਜੀ ਮਾਂ ਦੇਵੇ ਸਰ ਜੀ ਸਾਫ ਸਾਰੇ ਜਿੰਨੇ ਨਾ ਹੀ ਨਹੀਂ ਕਰਨੀ ਜੀ ਆਏ ਗਏ ਬੰਦੇ ਨੂੰ ਲੰਗਰ ਖਵਾਉਣਾ ਬਿਲਕੁਲ ਜੀ ਐਡੀ ਚੰਗੀ ਕੀ ਔਰਤ ਹੈ ਵਾਹ ਜੀ ਵਾਹ ਸਰ ਜੀ ਉਹਨੇ ਕਮਾ ਕਮਾ ਕੇ ਸਾਡਾ ਢਿੱਡ ਪਾਲਿਆ ਹੈ ਉਹ ਨਾਂ ਵੀ ਪਾਲਦੀ ਹੈ ਗੁਜਰਾਣਾ ਇੱਥੋਂ ਪਾਲ ਕੇ ਭੇਜਦੇ ਨੇ ਸਰ ਜੀ ਕੀ ਫਰਕ ਪੈਂਦਾ ਜਾਂਦੇ ਲੋਕਾਂ ਦੀ ਜੇਬਾਂ ਹੀ ਕੱਢਦੀ ਹੈ ਨਾ ਤੁਹਾਡੀ ਵਾਲ ਤਾਂ ਜੇਬ ਕੱਢਦੀ ਹੈ ਅਲਹਮਦੁਲਿਲਾ ਜੀ ਜਿੱਦਣ ਕਿਸੇ ਬੰਦੇ ਦੀ ਸ਼ਲਵਾਰ ਦੀ ਜੇਬ ਉਹਨੇ ਕੱਟੀ ਨਾ ਜੀ ਤੇ ਉਹਦੇ ਹੱਥ 'ਚ ਆਉਣੇ ਨੇ ਡਾਲਰ ਇਹ ਗੁਜਰਾਲਾ ਜਿਹਦੇ ਕੋਲ ਡਾਲਰ ਦਾ ਭਾਣ ਮੰਗਣਾ ਉਹਨਾਂ ਕਹਿਣਾ ਇੰਨਾ ਨਹੀਂ ਹੈਗਾ ਤੇ ਡਾਲਰ ਦੇ ਨਾਲ ਦੋ ਪੰਜੀਆਂ ਪੰਜੀਆਂ ਵਾਲੇ ਲਮਕਦੇ ਹੁੰਦੇ ਨੇ ਯਾਰ ਸੌ ਦਾ ਭਾਣ ਲਾਂਗੇ ਪੰਜੀਆਂ ਪੰਜੀਆਂ ਤੂੰ ਹੀ ਤਾਂ ਧੀਆਂ ਭੈਣਾਂ ਜਾ ਯਾਰ ਕੰਮ ਕਰ ਸੁਣਨ ਦੇ ਆ ਧੀਆਂ ਭੈਣਾਂ ਵਾਲੇ ਕੀ ਆਉਂ ਤੈਨੂੰ ਕੀ ਪਤਾ ਹੋਵੇ ਜਿਹੜੇ ਪੰਜੀਆਂ ਪੰਜੀਆਂ ਵਾਲੇ ਲਮਕ ਰਹੇ ਹੁੰਦੇ ਨਾ ਇਹਦੀ ਸ਼ਕਲ ਵੇਖੀ ਅੱਛਾ ਅੱਛਾ ਤੂੰ ਐਡਾ ਗੁੱਸਾ ਨਾ ਕਰ ਤੂੰ ਵੀ ਨਾਲ ਹੀ ਹੁੰਦਾ ਅੱਛਾ ਵੇਖੋ ਕਹਿਣ ਕੌਣ ਡਿਆ ਕਿ ਉਹਦੀ ਸ਼ਕਲ ਵੇਖੀ ਸਰ ਜੀ ਮੇਰਾ ਮਸਲਾ ਸੁਣ ਲਓ ਕੀ ਦੱਸੋ ਜੀ ਪਹਿਲੇ ਮੇਰਾ ਮਸਲਾ ਸੁਣ ਤੂੰ ਦੱਸ ਯਾਰ ਤੂੰ ਦੱਸ ਦੱਸ ਛੱਡ ਯਾਰ ਤੂੰ ਸਾਰੀ ਗੱਲ ਨੂੰ ਛੱਡ ਤੂੰ ਦੱਸ ਯਾਰ ਮਸਲਾ ਕੀ ਸਰ ਜੀ ਮੈਨੂੰ ਇੱਕ ਬੰਦਾ ਚਾਹੀਦਾ ਬਸ ਬਸ ਇੱਕ ਹੀ ਇੱਕ ਲੱਭ ਜਾਂਦਾ ਕਿੰਜ ਦਾ ਕਿੰਜ ਮੈਨੂੰ ਨਾ ਚਿੱਟਾ ਹੋਣਾ ਚਾਹੀਦਾ ਅੱਛਾ ਨਾ ਸਰ ਜੀ ਕਾਲਾ ਹੋਣਾ ਚਾਹੀਦਾ ਕਾਲਾ ਤੇ ਹੁੰਦਾ ਮੈਨੂੰ ਮੇਰੀ ਡਿਮਾਂਡ ਦੇ ਮੁਤਾਬਕ ਚਾਹੀਦਾ ਹਾਂ ਕੀ ਡਿਮਾਂਡ ਹੈ ਸਰ ਨਾ ਕਾਲਾ ਨਾ ਚਿੱਟਾ ਡੱਬ ਖੜਾ ਪਾਉਣਾ ਓਏ ਸੁਣ ਲਓ ਡਬਲ ਮੰਜ਼ਲੀ ਔਰਤ ਦੀ ਗੱਲ ਕਿੰਜ ਦਾ ਬੰਦਾ ਇਹ ਤੁਰੀ ਜਾਂਦੀ ਲੋਕਾਂ ਦੇ ਬਨੇਰਿਆਂ ਤੋਂ ਲੋਟੇ ਵੀ ਚੁੱਕ ਲੈਂਦੀ ਆ ਅੱਛਾ ਇਹੋ ਜਿਹਾ ਬੰਦਾ ਈਦ ਵਾਲੇ ਦਿਨ ਮਾਰ ਕੇ ਸਾਰੇ ਟੱਬਰ ਦੀ ਈਦ ਖਰਾਬ ਕਰ ਦਿੰਦਾ ਓਕੇ ਮੈਂ ਜੀ ਯਾਰ ਕੋਈ ਅਕਲ ਤੋਂ ਕੰਮ ਵਾਲਿਆ ਭੈਣਾਂ ਨੂੰ ਤੇ ਸੇਵੀਆਂ ਖਾ ਲੈਂਦੇ ਤੂੰ ਘੰਟਾ ਠਹਿਰ ਕੇ ਮਰ ਜਾਈ ਤੇਰੀ ਉੱਥੇ ਕਬਰ ਮੱਲੀ ਚੱਲੀ ਰੋਟੀ ਨੀ ਖਾਂਦੇ ਅਗਲੇ ਆਪਣੇ ਅੱਬੇ ਦੀ ਕਬਰ ਤੇ ਫੁੱਲ ਪਾਉਣ ਗਿਆ ਅੱਛਾ ਉੱਥੇ ਬੱਤੀ ਟੁਰ ਗਈ ਤੇ ਸਪੀਡ ਬ੍ਰੇਕਰ ਤੇ ਪਾ ਕੇ ਆ ਗਿਆ ਭਾਈਆ ਪਹਿਲਾਂ ਦੁਬਈ ਹੁੰਦਾ ਸੀ ਅੱਜ ਕੱਲ੍ਹ ਤੁਹਾਡੇ ਘਰ ਹੁੰਦਾ ਮੈਂ ਤੁਹਾਨੂੰ ਕੁਛ ਕਿਹਾ ਹੀ ਨਹੀਂ ਮੈਂ ਇਹ ਸਾਲੇ ਉਹ ਸੁਣ ਲੈ ਕੁੱਤੀ ਨਸਲ ਦੇ ਪਹਿਲਾਂ ਦੁਬਈ ਹੁੰਦਾ ਕੁੱਤੀ ਨਸਲ ਹਾਂ ਤੇਰੀ ਭੈਣ ਦੀ ਲਾ ਦਾ ਉਹ ਮੈਨੂੰ ਆਈ ਜੁਗਤ ਭੁੱਲ ਜਾਣੀ ਆਈ ਜੁਗਤ ਭੁੱਲ ਜਾਣੀ ਹੈ ਇਹ ਸਾਲਾ ਪਹਿਲਾਂ ਦੁਬਈ ਹੁੰਦਾ ਸੀ ਆਪਣੀ ਮਾਂ ਨੂੰ ਫੋਨ ਕਰਕੇ ਨਾਮੀ ਹੈ ਗੋਲੀ ਭੇਜਣਾ ਜਿਹੜਾ ਖਾਏਗਾ ਜਵਾਨ ਹੋ ਜਾਏਗਾ 15 ਸਾਲਾਂ ਬਾਅਦ ਘਰ ਆਇਆ 16 ਸਾਲਾਂ ਦੀ ਕੁੜੀ ਵੀ ਫਿਰੇ ਆਂਦਾ ਮੇਰੀ ਮਾਂ ਕਿੱਥੇ ਆਂਦੀ ਮੈਂ ਹੀ ਆ ਜਿਹੜੀ ਗੋਲੀ ਭੇਜੀ ਖਾ ਲਈ ਆਂਦਾ ਤੇਰੀ ਗੋਦੀ 'ਚ ਕੌਣ ਆਂਦੀ ਆ ਤੇਰਾ ਪਿਓ ਹੀ ਕੰਜਰਾ ਤਿੰਨ ਇਕੱਠੀਆਂ ਖਾ ਬੈਠਾ ਹੀ ਤੇਰੇ ਪੈਸੇ ਵੱਧ ਵੇਖਿਆ ਪੈਸੇ ਵੱਧ ਗਏ ਨੇ ਇਹ ਐਡਾ ਚਬਲ ਹੈ ਵਾਸ਼ ਲੈ ਨਾ ਬਸ 'ਚ ਬੈਠਾ ਕੈਲੰਡਰ ਆਖਿਆ ਆਪਣਾ ਆਪਣਾ ਸਮਾਨ ਫੜ ਲਓ ਇਸ ਖੱਤ ਜੀ ਪਿਛਲੇ ਬੰਦੇ ਦਾ ਸਮਾਨ ਫੜ ਲਿਆ ਉਹ ਸਵਾਰੀ ਗੁਜਰਾਂ ਵਾਲੇ ਆ ਕੇ ਜੁੱਤੀਆਂ ਮਾਰੀਆਂ ਹੋ ਸਕੇ ਸਾਲਿਆ ਮੈਂ ਚੰਦ ਦੇ ਕਿਲੇ ਲਾਣਾ ਤੇਰੀ ਵਜ੍ਹਾ ਤੋਂ ਤੋੜ ਮੈਂ ਸਿਆਲਕੋਟੀ ਬਾਈਪਾਸ ਆ ਗਈ ਐਡਾ ਵੈਰੀ ਗੁੱਡ ਇਹੋ ਜਿਹਾ ਮੁੰਡਾ ਪਿੰਡ 'ਚ ਨਾਈ ਹੁੰਦਾ ਅੱਛਾ ਜੀ ਦੇਖ ਪਕਾ ਕੇ ਦੂਰ ਖਲੋ ਜਾਂਦਾ ਪਤਾ ਨਹੀਂ ਕਿਹੋ ਜੀ ਪੱਕੀ ਸਾਲਿਆ ਚੱਕ ਕੇ ਜਾ ਚੌਲ ਤੇਰੇ ਪੱਲਿਓਂ ਲੱਗੇ ਮੇਰੀ ਵੀ ਗੱਲ ਸੁਣ ਲਓ ਸਰ ਜੀ ਮੈਂ ਇੱਥੇ ਅੰਬ ਚੁੱਪਣ ਲਈ ਆਈ ਆ ਅੰਬ ਨਹੀਂ ਕਹੀਦਾ ਮੈਡਮ ਕਿਉਂ ਅੰਬ ਕਿਉਂ ਨਹੀਂ ਕਹੀਦਾ ਔਰ ਦੇ ਮੂੰਹ ਅੱਛਾ ਨਹੀਂ ਲੱਗਦਾ ਮੈਂਗੋ ਕਹੋ ਸਰ ਅੰਬ ਭਾਵੇਂ ਅੰਬ ਕਹੋ ਤੇ ਭਾਵੇਂ ਮੈਂਗੋ ਕਹੋ ਚੂਪਣਾ ਹੀ ਆ ਉਹ ਜਿੰਨੇ ਚੂਪਣਾ ਛੇਤੀ ਚੂਪੋ ਫੇ ਮੈਂ ਰੇੜੀ ਵੀ ਬੰਦ ਕਰਨੀ ਅੱਛਾ ਤੈਨੂੰ ਮੇਰੀ ਵਾਰੀ ਵੀ ਤਾੜੀਆਂ ਮਾਰ ਦੋ ਮੈਂ ਇੰਡੀਆ ਦਾ ਬੰਦਾ ਯਾਰ ਕੀ ਹੋ ਗਿਆ ਬਹੁਤ ਬਹੁਤ ਤਰਲਿਆਂ ਵਾ ਕੌਮਣੀਆਂ ਵੀ ਅੱਲਾ ਤੇਰੇ ਕੰਮ 'ਚ ਬਰਕਤ ਪਾਵੇ ਮੈਨੂੰ ਉਮੀਦ ਨੇ ਸਾਲਾ ਆਪਣੇ ਪਿੱਛੇ ਖਰੋੜ ਵਸਾ ਗਿਆ ਨਾ ਮੈਨੂੰ ਚੰਡੀ ਨਿਕਲ ਆਈ ਆਈ ਤਾੜੀ ਸਰ ਜੀ ਤੁਹਾਡਾ ਵਿਆਹ ਹੋਇਆ ਹਾਂਜੀ ਵਿਆਹ ਹੋਇਆ ਬੀਬੀ ਮੈਂ ਸਫ਼ਰ ਕਰਨਾ ਤੇ ਮੇਰੇ ਕੋਲ ਕੱਪੜੇ ਇਹੋ ਹੀ ਨੇ ਸਰ ਜੀ ਹਾਂਜੀ ਇਹ ਸੋਨੇ ਦਾ ਨਹੀਂ ਸਰ ਸੋਨੇ ਦਾ ਲੱਗ ਰਿਹਾ ਸੋਨਾ ਸੌਣ ਨਾਲ ਮਿਲਦਾ
ਸਾਰਾ ਗਿਫਟ ਹੀ ਕਰ ਦਿਓ ਹੈ ਗਿਫਟ ਹੀ ਕਰ ਦਿਓ ਯਾਦ ਕਰੇਗੀ ਤੈਨੂੰ ਯਾਦ ਕਰੇਗੀ ਦੱਸ ਵੇ ਓ ਪਜਾ ਮਰਨੀ ਲੈ ਗਈ ਮੈਨੂੰ ਤੂੰ ਮੇਰੀ ਸਾਰੀਆਂ ਜੁਗਤਾਂ ਅੱਗੇ ਪਿੱਛੇ ਕਰ ਦਿੱਤੀਆਂ ਚੰਗਾ ਬੜਾ ਤੇਰੇ ਆਉਣ ਤੋਂ ਪਹਿਲੇ ਮੈਂ ਕੁੜੀ ਨੂੰ ਅੰਬ ਚੁਪਾ ਕੇ ਹਟਿਆ ਜੇ ਸਰ ਜੀ ਮੇਰਾ ਕੀ ਕਸੂਰ ਇਹਨੇ ਜਿਸ ਤਰ੍ਹਾਂ ਆਪਣੇ ਸੋਜਾਂ ਪਾਈਆਂ ਇੰਜ ਤੇਰੇ ਪਾਉਣੀਆਂ ਜਾ ਰਹੀਆਂ ਇਹੀ ਬਾਕੀ ਗੱਲ ਸਹੀ ਹਿਸਾਬ ਲਾ ਲੋ ਡੌਲੇ ਦਾ ਡਰਾਮੇ ਨਾਲ ਡਰਾਮਾ ਦੋ ਵਾਰੀ ਹੱਥ ਲਾਇਆ ਸੋ ਆਪਣਾ ਡੌਲਾ ਪਾੜ ਲਿਆ ਖੱਬੇ ਨਾ ਸਿਰ ਮਲ ਮਲ ਕੇ ਬੇੜਾ ਗਰਕ ਕਰ ਲਿਆ ਸੀ ਹੁਣ ਖੱਬੇ ਤੂੰ ਤੇ ਕਰ ਸਕਦਾ ਤੇਰਾ ਦੇ ਹੱਥ ਰਵਾਂ ਹੋਇਆ ਨਹੀਂ ਉਹ ਤਾਂ ਸੱਜੇ ਨਾਲ ਖੜਾ ਪੈਣਾ ਸਰ ਜੀ ਜੀ ਸਾਰਜੈਂਟ ਕਹਿੰਦਾ ਕਾਪੀ ਪਾ ਕਹਿੰਦਾ ਉਹਦੇ ਮੈਂ ਭੈਣ ਦੇ ਵਿਆਹ ਤੇ ਸੁੱਟਤੀ ਆ ਨਵੀਂ ਮੋਟਰਸਾਈਕਲ ਤੇਰੇ ਮੂੰਹ ਤੇ ਮੈਂ ਲਾਹਨਤ ਭੇਜਣੀ ਚਾਹ ਰਿਹਾ ਲੇਕਿਨ ਜਗ੍ਹਾ ਨੀ ਬਚੀ ਹਾਊਸ ਫੁੱਲ ਮੇਰੀ ਗੱਲ ਉੱਥੇ ਹੀ ਹੈ ਤੇਰੀ ਭੈਣ ਵੀ ਉੱਥੇ ਹੀ ਆ ਚੱਲ ਮੋਟਰਸਾਈਕਲ ਲੈ ਕੇ ਜਾ ਰਿਹਾ ਤੇ ਉੱਤੇ ਨਹੀਂ ਬਹਿ ਰਿਹਾ ਇੱਕ ਬੰਦਾ ਕਹਿੰਦਾ ਮੋਟਰਸਾਈਕਲ ਪੈਂਚਰ ਹੈ ਕਹਿੰਦਾ ਨਹੀਂ ਕਹਿੰਦਾ ਇਹਦੇ 'ਚ ਤੇਲ ਮੁੱਕ ਗਿਆ ਕਹਿੰਦਾ ਨਹੀਂ ਕਹਿੰਦਾ ਉੱਤੇ ਕਿਉਂ ਨਹੀਂ ਪੈਂਦਾ ਕਹਿੰਦਾ ਸੀਟ ਨਵੀਂ ਲਵਾਈ ਹੈ ਆ ਭਾਜੀ ਤੁਸੀਂ ਉਹ ਦਰਵਾਜ਼ੇ ਕੋ ਖਲੋ ਜੇ ਤੁਹਾਨੂੰ ਸਮਝ ਨਹੀਂ ਆਈ ਜਦੋਂ ਡਰਾਮਾ ਮੁੱਕੇਗਾ ਨਾ ਤੁਹਾਨੂੰ ਇਕੱਲੇ ਇਕੱਲੇ ਦੱਸੇਗਾ ਮੈਂ ਇਹ ਕਿਹਾ ਸੀ ਸਰ ਜੀ ਮੈਂ
ਹਰੀਆਂ ਮਿਰਚਾਂ ਨਹੀਂ ਹੋਰ ਨਵੀਂ ਜੋੜਾਂਗਾ ਸਬਰ ਕਰ ਦਿਓ ਜਰਾ ਹਾਂਜੀ 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 ਇਹਨਾਂ ਦਾ ਖਾਣਾ ਲੈਦਾ ਕਰ ਦਿਓ ਸਾਡਾ ਲੈਦਾ ਦੋ ਡੱਬੇ ਪੈਕ ਤੂੰ ਵੀ ਖਾਣਾ ਕਾਕਾ ਹਾਂਜੀ ਹਾਂਜੀ ਛੋਟੇ ਗੋਏ ਦੇ ਪੋਸਟਰ ਰੋਸਟ ਕਰੋ ਇਹ ਨਵੀਂ ਹੈ ਨਾ ਨਵੀਂ ਹੈ ਇਹ ਨਵੀਂ ਹੈ ਹਾਂਜੀ ਛੋਟੇ ਛੋਟੇ ਕੋਫਤੇ ਨਾ ਗੋਏ